ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਅੰਨਦਾਤਾ ਨੂੰ ਤੁਸੀਂ ਡੰਡੇ ਮਾਰੋਗੇ ਤਾਂ ਢਿੱਡ ਕਿਵੇਂ ਭਰੋਗੇ? ਇਹ ਸਵਾਲ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਉੱਠਿਆ। ਇਹ ਸਵਾਲ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਪਹਿਲਾਂ ਵੀ ਕਈ ਵਾਰੀ ਉੱਠ ਚੁੱਕਿਆ। ਸਵਾਲ ਇਹ ਹੈ ਕਿ ਤੁਸੀਂ ਇੱਕ ਪਾਸੇ ਤਾਂ ਮਹਾਤਮਾ ਗਾਂਧੀ ਜਯੰਤੀ ਮਨਾ ਰਹੇ ਹੋ, ਜਿਹੜੇ ਅਹਿੰਸਾ ਦੇ ਪੁਜਾਰੀ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਨਮਨ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਹਿੰਸਾ ਕਰ ਰਹੇ ਹੋ, ਕਿਸਾਨਾਂ 'ਤੇ ਡੰਡੇ ਵਰਾ ਰਹੇ ਹੋ। ਸਵਾਲ ਬਹੁਤ ਮਹੱਤਵਪੂਰਨ ਹੋਵੇਗਾ ਕਿ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਜਿਹੜੀਆਂ ਸਰਕਾਰ ਨੂੰ ਪਸੰਦ ਨਹੀਂ ਆ ਰਹੀਆਂ ਅਤੇ ਕਿਸਾਨਾਂ ਤੋਂ ਸਰਕਾਰ ਡਰਦੀ ਕਿਉਂ ਪਈ ਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਹੱਦਾਂ ਕਿਹਨੇ ਟੱਪੀਆਂ? ਅੱਜ ਬਹਿਸ ਜਿਸ ਕਰਕੇ ਕਰ ਰਹੇ ਹਾਂ, ਟੂ ਦਾ ਪੁਆਇੰਟ ਵਿੱਚ ਤੁਹਾਨੂੰ ਦੱਸ ਦਈਏ ਬਿੰਦੂ ਕਿਹੜੇ ਹੋਣਗੇ। ਬਹਿਸ ਜਿਸ ਕਰਕੇ ਅਸੀਂ ਕਰ ਰਹੇ ਹਾਂ, ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦੀ ਕਿਸਾਨ ਕ੍ਰਾਂਤੀ ਯਾਤਰਾ ਦਾ ਹੱਲਾ ਬੋਲ। ਰਾਜਘਾਟ ਵੱਲ ਜਾ ਰਹੇ ਕਿਸਾਨਾਂ ਨੂੰ ਬਾਰਡਰ 'ਤੇ ਰੋਕਣ ਮਗਰੋਂ ਟਕਰਾਅ ਹੋਇਆ। ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਅਤੇ ਸੁਰੱਖਿਆ ਬਲਾਂ 'ਚ ਜ਼ਬਰਦਸਤ ਹੰਗਾਮਾ ਹੋਇਆ। ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ, ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਲਾਠੀਚਾਰਜ ਕੀਤਾ ਗਿਆ। ਕਿਸਾਨਾਂ ਨੇ ਕਰਜ਼ ਮਾਫੀ ਸਣੇ ਸਰਕਾਰ ਅੱਗੇ ਕਈ ਮੰਗਾਂ ਰੱਖੀਆਂ। ਕਿਸਾਨਾਂ ਦੇ ਵਫਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਵੀ ਹੋਈ ਹੈ। ਮੁਲਾਕਾਤ ਤੋਂ ਬਾਅਦ ਕਿਸਾਨਾਂ ਕੋਈ ਸੰਤੁਸ਼ਟ ਨਜ਼ਰ ਨਹੀਂ ਆਏ ਅਤੇ ਉਹਨਾਂ ਨੇ ਕਹਿ ਦਿੱਤਾ ਕਿ ਫੈਸਲੇ ਮਨਜ਼ੂਰ ਨਹੀਂ ਆ, ਜਦੋਂ ਤੱਕ ਪੂਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੇ ਡਟੇ ਹੋਏ ਹਾਂ। ਦਿੱਲੀ ਦੇ ਕਈ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਕਿਸਾਨ ਅੱਗੋਂ ਕਹਿੰਦੇ ਆ ਅਸੀਂ ਪਾਕਿਸਤਾਨ ਬੰਗਲਾਦੇਸ਼ ਜਾ ਕੇ ਆਪਦੀਆਂ ਮੰਗਾਂ ਮਨਵਾਈਏ। ਸਵਾਲ ਬਹੁਤ ਮਹੱਤਵਪੂਰਨ ਹੈ ਅਤੇ ਸਿਆਸਤ ਕਹਿੰਦੀ ਕੀ ਹੈ ਉਹ ਸੁਣ ਲਈਏ। ਕਿਸਾਨ ਆਗੂ ਕਹਿੰਦੇ ਆ ਉਹ ਵੀ ਸੁਣ ਲਈਏ ਕਿ ਹਿੰਸਾ ਪੂਰਵਕ ਰਵੱਈਆ ਜੋ ਦਿੱਲੀ ਮੇ ਆਨੇ ਪਰ ਕਿਸਾਨੋਂ ਕੋ ਰੋਕਨੇ ਸੇ ਮੋਦੀ ਸਰਕਾਰ ਨੇ ਅਪਣਾਇਆ ਹੈ, ਯੇ ਘੋਰ ਨਿੰਦਨੀਯ ਹੈ। ਇਹ ਫਿਰ ਸੇ ਇਸ ਬਾਤ ਕੀ ਪ੍ਰਮਾਣ ਕਰਤੀ ਹੈ ਕਿ ਯੇ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਔਰ ਯੇ ਬਾਤ ਜਬ ਸੇ ਪਿਛਲੇ 4 ਸਾਲ ਮੇ ਯੇ ਸਪਸ਼ਟ ਹੋ ਚੁਕਾ ਹੈ ਕਿ ਕਿਸਾਨੋਂ ਕੋ ਇਤਨੀ ਸੰਕਟ ਔਰ ਆਫਤ ਮੇ ਡਾਲਨੇ ਵਾਲੀ ਸਰਕਾਰ ਜੋ ਵੀ ਵਾਅਦੇ ਕੀਏ ਉਸਕੋ ਪੂਰਾ ਨਹੀਂ ਕੀਆ ਔਰ ਕਰਜ਼ੇ ਮੇ ਡੂਬ ਡੂਬ ਕਰ ਆਤਮ ਹੱਤਿਆਏ ਕਰ ਰਹੇ ਹੈ ਔਰ ਇਸ ਤਰੀਕੇ ਕੀ ਕ੍ਰਿਸ਼ੀ ਕੇ ਅੰਦਰ ਜੋ ਸੰਕਟ ਜੋ ਹੈ ਆਪਣੇ ਦੇਸ਼ ਮੇ ਆਜ਼ਾਦੀ ਕੇ ਬਾਅਦ ਇਸ ਤਰੀਕੇ ਸੇ ਕਭੀ ਪ੍ਰਗਟ ਨਹੀਂ ਔਰ ਵਹਾਂ ਪਰ ਸਰਕਾਰ ਕਾ ਕਾਮ ਹੈ ਰਾਹਤ ਦਿਲਾਨਾ। ਕਿਸਾਨ ਹਮਾਰੇ ਅੰਨਦਾਤਾ ਹੈ, ਅਗਰ ਉਹ ਪੈਦਾ ਨਹੀਂ ਕਰੇਂਗੇ ਅਨਾਜ ਤੋ ਆਪ ਔਰ ਹਮ ਜ਼ਿੰਦਾ ਨਹੀਂ ਰਹਿ ਸਕਤੇ। ਅਬ ਉਨ ਲੋਗੋਂ ਕੇ ਉੱਪਰ ਇਸ ਤਰੀਕੇ ਕੀ ਜ਼ੁਲਮ ਕਰਨਾ ਯੇ ਮਨਜ਼ੂਰ ਨਹੀਂ ਹੈ। ਦਿੱਲੀ ਤਾਂ ਸਭ ਕੀ ਹੈ, ਦਿੱਲੀ ਮੇਂ ਕਿਉਂ ਐਂਟਰ ਨਹੀਂ ਕਰਨੇ ਦਿਆ ਜਾ ਰਹਾ? ਦਿੱਲੀ ਮੇਂ ਐਂਟਰ ਕਰਨੇ ਦਿਆ ਜਾਣਾ ਚਾਹੀਏ। ਕਿਸਾਨੋਂ ਕੋ ਦਿੱਲੀ ਮੇਂ ਐਂਟਰ ਕਿਉਂ ਨਹੀਂ ਕਰਨੇ ਦਿਆ ਜਾ ਰਹਾ? ਗਲਤ ਬਾਤ ਹੈ। ਉਨਕੀ ਡਿਮਾਂਡਸ ਕੇ ਸਾਥ ਹੈ, ਬਿਲਕੁਲ ਸਾਥ ਹੈ। ਕਰਜ਼ ਮਾਫੀ ਕੋ ਲੈ ਕਰ ਕੇ ਯੇ ਬਾਤ ਕਹੀ ਗਈ ਥੀ ਕਿ ਸਭੀ ਕਿਸਾਨੋਂ ਕਾ ਕਰਜ਼ ਮਾਫ ਹੋ ਜਾਏਗਾ, ਲੇਕਿਨ ਸੱਚਾਈ ਯੇ ਹੈ ਕਿ ਅਭੀ ਵੀ ਬਹੁਤ ਸਾਰੇ ਕਿਸਾਨ ਐਸੇ ਹੈ ਜਿਨਕਾ ਕਰਜ਼ ਮਾਫ ਨਹੀਂ ਹੁਆ ਹੈ ਔਰ ਗੰਨੇ ਕੀ ਨਈ ਫਸਲ ਤਿਆਰ ਹੋ ਰਹੀ ਹੈ, ਚੀਨੀ ਮਿਲੇ ਚਲਨੀ ਹੈ, ਲੇਕਿਨ ਅਭੀ ਪੁਰਾਣਾ ਹੀ ਭੁਗਤਾਨ ਨਹੀਂ ਹੁਆ। ਇਸ ਲਈ ਸਵਾਭਾਵਿਕ ਹੈ ਕਿ ਕਿਸਾਨ ਸੜਕੋਂ ਪਰ ਆਇਆ ਹੈ, ਦਿੱਲੀ ਸੇ ਮੰਗ ਕਰ ਰਹਾ ਹੈ ਕਿ ਉਨਕੀ ਜੋ ਮੰਗ ਹੈ ਵੋ ਪੂਰੀ ਹੋ। ਹਮਾਰੀ ਪਾਰਟੀ ਕਾ ਵੀ ਪੂਰਾ ਸਮਰਥਨ ਉਨ ਕਿਸਾਨੋਂ ਕੋ ਹੈ। ਹਮਾਰੀ ਤੋ ਛੋਟੀ ਸਮੱਸਿਆ ਹੈ, ਇਨਕਾ ਸਮਾਧਾਨ ਕਰੇ, ਸਰਕਾਰ ਕੇ ਲੀਏ ਕੋਈ ਬੜੀ ਬਾਤ ਨਹੀਂ, ਆਗੇ ਕੇ ਲੀਏ ਰਾਸਤੇ ਖੁੱਲੇ, ਠੀਕ ਅੱਛਾ ਰਹੇ, ਅੱਛਾ ਮਾਹੌਲ ਬਣੇ ਤੋ ਕਿਸਾਨ ਕਹੇ ਕਿਸੇ ਕਿਸਾਨ ਉਹਨੇ ਜੀ ਸਰਕਾਰ ਬਣਾ ਰੱਖੀ ਤੋ ਕਹੀਂ ਹੋਰ ਜਾਵਾਂਗੇ ਕਹਿਣ, ਕਈ ਪਾਕਿਸਤਾਨ ਮੇ ਜਾਂ ਬੰਗਲਾਦੇਸ਼ ਮੇ ਜਾਵਾਂਗੇ ਕਹਿਣ, ਸਾ ਆਜ਼ਾਦ ਭਾਰਤ ਹੈ, ਇਸ ਹਮੇ ਬਾਤ ਕਹਿਣੇ ਕਾ ਹੱਕ ਹੈ। ਜੋ ਕਿਸਾਨ ਕਾ ਇਤਨਾ ਬੜਾ ਜਨ ਸੈਲਾਬ ਹੈ, ਇਨਕੀ ਦਿੱਕਤ ਹੋਗੀ ਕੁਛ, ਸਰਕਾਰ ਇਨਕੀ ਸੁਣੇ ਬਾਤ। ਕਿਸਾਨੋਂ ਕੇ ਪ੍ਰਤੀਨਿਧੀਓ ਸੇ ਮਾਨਯ ਰਾਜਨਾਥ ਸਿੰਘ ਜੀ ਕੀ ਉਪਸਥਿਤੀ ਮੇ ਉਨਕੀ ਅਧਿਕਸ਼ਤਾ ਮੇ ਬੈਠਕ ਕਰਕੇ ਬਾਤਚੀਤ ਹੋਈ ਹੈ, ਜੋ ਵਿਭਿੰਨ ਮੁੱਦੇ ਔਰ ਮੰਗੋਂ ਕੋ ਲੈ ਕਰਕੇ ਸਾਰੇ ਲੋਕ ਯਹਾਂ ਇਸ ਯਾਤਰਾ ਪਰ ਨਿਕਲੇ ਥੇ, ਉਨਮੇ ਸੇ ਏਕ ਏਕ ਮੁੱਦੇ ਪਰ ਬਿੰਦੂਵਾਰ ਚਰਚਾ ਹੋਈ ਹੈ ਔਰ ਉਨਮੇ ਸੇ ਅਧਿਕਾਂਸ਼ ਮੁੱਦੋਂ ਪਰ ਸਹਿਮਤੀ ਬਣੀ ਹੈ, ਬਾਤਚੀਤ ਹੋਈ ਹੈ ਔਰ ਕਿਸ ਤਰ੍ਹਾਂ ਸੇ ਕੁਛ ਜੋ ਹੈ ਇਨ ਇਨ ਸਮੱਸਿਆਓਂ ਕਾ ਸਮਾਧਾਨ ਕਰੇਂਗੇ, ਇਨ ਸਾਰੇ ਵਿਸ਼ਿਓਂ ਪਰ ਬਾਤਚੀਤ ਹੋਈ ਹੈ। ਅਭੀ ਹਮ ਸਭ ਲੋਕ ਜਾ ਕਰਕੇ ਕਿਸਾਨੋਂ ਕੇ ਪ੍ਰਤੀਨਿਧੀਓ ਕੇ ਸਾਥ ਵਹਾਂ ਜਾ ਕਰਕੇ ਔਰ ਜੋ ਹੈ ਕਿਸਾਨ ਭਾਈਓਂ ਸੇ ਜੋ ਜੋ ਆਏ ਹੋਏ ਹੈ ਉਨ ਸਬਸੇ ਵਾਰਤਾ ਕਰਕੇ ਜੋ ਸਰਕਾਰ ਕੇ ਸਤਰ ਪਰ ਨਿਰਣੇ ਹੁਆ ਹੈ ਉਸਕੇ ਬਾਰੇ ਮੇਂ ਉਨ ਸਬਕੋ ਜਾਣਕਾਰੀ ਦੇਂਗੇ। ਸਵਾਲ ਇੱਕੋ ਪੁੱਛਾਂਗੇ, ਸਵਾਲ ਵੱਡਾ ਸਵਾਲ ਅਸੀਂ ਇਹ ਪੁੱਛਾਂ ਕਿ ਕਿਸਾਨਾਂ ਦੇ ਹੱਲਾ ਬੋਲ ਨੇ 2019 ਦੀਆਂ ਚੋਣਾਂ ਲਈ ਕਿਹੜੀ ਜ਼ਮੀਨ ਤਿਆਰ ਕੀਤੀ? ਇਸ ਸਵਾਲ 'ਤੇ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਜਗਵੰਤ ਸਿੰਘ ਅਰਥਸ਼ਾਸਤਰੀ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਡਾਕਟਰ ਜਗਵੰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਤੋਂ ਨੇ, ਰਿੰਪਲ ਮੀਡਾ ਕਾਂਗਰਸ ਤੋਂ ਨੇ, ਜਸਤੇਜ ਸਿੰਘ ਆਮ ਆਦਮੀ ਪਾਰਟੀ ਤੋਂ, ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਕੰਗ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਕੰਗ ਸਾਹਿਬ, ਗੱਦੀ ਛੋੜ ਅੰਦੋਲਨ ਤੁਸੀਂ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਕਾਂਗਰਸ ਦੇ ਖਿਲਾਫ, ਕਿਸਾਨਾਂ ਦੀਆਂ ਮੰਗਾਂ ਤੁਸੀਂ ਨਹੀਂ ਮੰਨੀਆਂ, ਮੈਨੀਫੈਸਟੋ 'ਤੇ ਤੁਸੀਂ ਵਾਅਦਾ ਕੀਤਾ ਸੀਗਾ ਅਤੇ ਹੁਣ ਅਸੀਂ ਮੰਗ ਕਰਦੇ ਹਾਂ ਤੁਸੀਂ ਗੱਦੀ ਛੱਡੋ? ਨਹੀਂ, ਕਿਸਾਨ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਦੇਖੋ ਉਹ
ਪੰਜਾਬ ਸਰਕਾਰ ਨਾਲ ਜਿਹੜਾ ਮੈਨੀਫੈਸਟੋ ਜਿਹੜੀ ਹੁਣ ਮੌਜੂਦਾ ਸੈਂਟਰ ਗਵਰਨਮੈਂਟ ਦੀ ਗੱਲ ਕਰ ਰਹੇ ਹਾਂ, ਨਹੀਂ ਮੈਂ ਇੱਥੇ ਮੰਗ ਕਰ ਰਹੇ ਹੋ ਸਾਰੇ ਤੁਹਾਨੂੰ ਜਿਹੜੀ ਸਿਆਸਤ ਸੂਟ ਕਰਦੀ ਤੁਸੀਂ ਉਹ ਕਰਦੇ ਹੋ, ਕਿਸਾਨਾਂ ਤੋਂ ਇੰਨਾ ਕੁ ਡਰਦੇ ਹੋ ਤੁਸੀਂ? ਨਹੀਂ ਨਹੀਂ, ਜਿਹੜੇ ਕਿਸਾਨਾਂ ਤੋਂ ਡਰਦੇ ਹੁੰਦੇ KPG ਤੇ, ਅੱਜ ਹੀ ਉਹਨਾਂ ਦੀ ਮੁਲਾਕਾਤ ਹੋਮ ਮਿਨਿਸਟਰ ਨਾਲ, ਡੰਡੇ ਮਾਰ ਕੇ ਮੁਲਾਕਾਤ ਕਰਾ ਰਹੇ ਹੋ ਤੁਸੀਂ, ਡੰਡੇ ਮਾਰ ਰਹੇ ਹੋ ਕਿਸਾਨਾਂ ਨੂੰ, ਤੇ ਆਂਦਾ ਤਾਂ ਤੁਸੀਂ ਡੰਡੇ ਮਾਰਦੇ ਪਏ ਹੋ। ਜੇ ਇਸ ਤਰ੍ਹਾਂ ਦੀ ਜਿਹੜੀ ਵੀ ਕੋਈ ਹਰਕਤ ਹੋਈ ਆ, ਉਹ ਇੱਕ ਇੰਸੀਡੈਂਟ ਇਸ ਤਰ੍ਹਾਂ ਦਾ ਹੋਇਆ ਜਿੱਥੇ ਟਰੈਕਟਰ ਜਿਹੜਾ ਆ ਐਂਟਰ ਕਰਨ ਦੀ ਕੋਸ਼ਿਸ਼ ਕੀਤੀ, ਉਹ ਦਿੱਲੀ ਜਿਹੜੀ ਸਟੇਟ ਦੇ ਆਪਣੇ ਰੂਲ ਹੈ ਟਰੈਕਟਰ ਨੂੰ, ਉਹਨੂੰ ਲੈ ਕੇ ਪੁਲਿਸ ਨਾਲ ਝੜਪ ਹੋਈ ਆ, ਪਰ ਇਹ ਮੰਦਭਾਗੀ ਆ, ਇਹਦੇ 'ਤੇ ਵੀ ਸਰਕਾਰ ਐਕਸ਼ਨ ਲਊਗੀ, ਜਿਹੜੇ ਵੀ ਦੋਸ਼ੀ ਪੁਲਿਸ ਵਾਲੇ ਹੋਣਗੇ। ਨੰਬਰ ਇੱਕ, ਸਰਕਾਰ ਕਿਸਾਨਾਂ ਦਾ ਜਿਹੜਾ ਮਸਲਾ, ਦੇਖੋ ਇਹ ਬਿਲਕੁਲ ਬੜੀ ਵਾਜਿਬ ਗੱਲ ਹੈ, ਕਿਸਾਨਾਂ ਦੀ ਜਿਹੜੀ ਬਦਹਾਲੀ ਆ ਉਹ ਕੋਈ ਰਾਤੋ ਰਾਤ ਨਹੀਂ ਹੋਈ, ਇਹ ਬੜੀ ਪੁਰਾਣੀ ਸਮੱਸਿਆ ਹੈ। ਔਰ ਇਹ ਵੀ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਸਾਰਾ ਕੁਝ ਸਭ ਠੀਕ ਚੱਲ ਰਿਹਾ, ਇਹ 'ਚ ਜੇ ਅੱਜ ਕਿਸਾਨ ਚਾਹੀਦੀ ਆਉਂਦਾ ਤਾਂ ਜਿਵੇਂ ਲਾਠੀਚਾਰਜ ਹੋ ਰਿਹਾ, ਨਹੀਂ ਹੋਣਾ ਚਾਹੀਦੀ, ਨਹੀਂ ਹੋਣੀ ਚਾਹੀਦੀ, ਸਾਰੀ ਸਿਆਸਤ ਨੂੰ ਸ਼ਰਮ ਹੋਣੀ ਚਾਹੀਦੀ। ਮੈਂ ਕਹਿੰਦਾ ਵੀ ਇਹਨੂੰ ਜਿੰਨਾ ਇਹਨੂੰ ਕ੍ਰਿਟੀਸਾਈਜ਼ ਕੀਤਾ ਜਾਵੇ, ਜਿੰਨਾ ਨਿੰਦਿਆ, ਕਿਸਾਨ ਤੇ ਵੈਸੇ ਹੀ ਬੜਾ, ਮਤਲਬ ਤੁਸੀਂ ਮੰਗਾ ਮੰਨੋ ਨਾ ਮੰਨੋ, ਤੁਸੀਂ ਮੰਗਾ ਮੰਨਦੇ ਪਏ, ਤੁਸੀਂ ਡੰਡੇ ਕੋ ਚਲਾਈ ਜਾਂਦੇ ਉਹਨਾਂ ਤੇ, ਮੇਰਾ ਸਵਾਲ ਹੈ ਮੰਗਾ ਜ਼ਖਮੀ ਕਰਤੇ ਤੁਸੀਂ ਉੱਥੇ KP ਜੀ, ਮੰਗਾਂ ਦੀ ਜਿੱਥੋਂ ਤੱਕ ਗੱਲ ਹੈ, ਇਹ ਸਰਕਾਰ ਨੇ ਬਹੁਤ ਸਾਰੀਆਂ ਅੱਜ ਉਹਨਾਂ ਦੀਆਂ ਡਿਮਾਂਡਸ ਜਿਹੜੀ ਆ ਉਹ ਅਫੀਸ਼ੀਅਲੀ ਸਟੇਟਮੈਂਟ ਵੀ ਸ਼ਾਮ ਤੱਕ ਆ ਜਾਊਗੀ, ਉਹ ਮੰਗੀਆਂ ਆ, ਮੰਨੀਆਂ ਹੈ। ਦੇਖੋ ਕਿਸਾਨਾਂ ਦੀ ਜਿਹੜੀ KP ਜੀ ਬਦਹਾਲੀ ਆ ਨਾ, ਇਹ ਕੋਈ ਰਾਤੋ ਰਾਤ ਨਹੀਂ ਹੋਈ, ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ 'ਤੇ ਵਿਚਾਰਨਾ ਚਾਹੀਦਾ, ਇਹ ਵੀ ਸੋਚਣ ਵਾਲੀ ਗੱਲ ਹੈ। ਇਹ ਕਿਤੇ ਨਾ ਕਿਤੇ ਪਿਛਲੇ ਕਈ ਸਾਲਾਂ ਤੋਂ, ਮੈਂ ਕਹੂੰਗਾ ਕਈ ਦਹਾਕਿਆਂ ਤੋਂ, ਜਿਸ ਤਰੀਕੇ ਨਾਲ ਕਿਸਾਨੀ ਔਰ ਕਿਸਾਨ ਇਗਨੋਰ ਹੋਇਆ, ਉਹਦੇ ਕਰਕੇ ਹੀ ਕਿਸਾਨ ਦੀ ਜਿਹੜੀ ਸਥਿਤੀ ਆ ਉਹ ਬਦਲ ਸਕਦੀ, ਰਾਤੋ ਰਾਤ ਨਹੀਂ ਬਦਲ ਸਕਦੀ, ਫਿਰ ਵਾਅਦਾ ਕਿਉਂ ਕੀਤਾ? ਰਾਤੋ ਰਾਤ ਨਹੀਂ ਬਦਲ ਸਕਦੀ, ਲੇਕਿਨ ਬਹੁਤ ਸਾਰੇ ਸਟੈਪ ਹੈ ਮੌਜੂਦਾ ਸਰਕਾਰ ਨੇ ਜਿਹੜਾ ਇਹਦੀ ਸਥਿਤੀ ਬਦਲ ਨੂੰ ਉਠਾਏ ਆ, ਚਾਹੇ MSP ਦਾ ਮਸਲਾ ਹੈ, ਚਾਹੇ ਜਿਸ ਤਰ੍ਹਾਂ ਕਰਜ਼ ਮਾਫੀ UP ਸਰਕਾਰ ਨੇ ਕੀਤੀ ਆ, ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ। ਤੁਸੀਂ ਖੁਦ ਕਿਸਾਨ ਹੋ, ਮਾਲਮ ਸਿੰਘ ਜੀ, ਤੁਸੀਂ ਖੁਦ ਕਿਸਾਨ ਹੋ, ਗੰਨਾ ਕਿਸਾਨਾਂ ਨੂੰ ਬਕਾਏ ਲੈਣ ਲਈ ਤਰਲੇ ਕੱਢਣੇ ਪੈਂਦੇ ਆ, ਜੇ ਇੱਥੋਂ ਕੋਈ ਭਗੌੜਾ ਹੋ ਜਾਵੇ ਕਰਜ਼ ਲੈ ਕੇ, ਹੁਣ ਤਾਂ ਤੁਸੀਂ ਰੋਕ ਨਹੀਂ ਪਾ ਰਹੇ, ਨਾ ਪਿਛਲੀ ਸਿਆਸਤ ਰੋਕ ਪਾ ਰਹੀ ਹੈ, ਨਾ ਹੁਣ ਵਾਲੀ ਸਿਆਸਤ ਰੋਕ ਪਾ ਰਹੀ ਹੈ। ਜੀ ਸਵਾਲ ਇਹ ਹੈ, ਗੰਨਾ ਕਿਸਾਨਾਂ ਦੇ ਬਕਾਏ ਵਾਸਤੇ ਉਹਨਾਂ ਨੂੰ ਤਰਲੇ ਕੱਢਣੇ ਪੈ ਰਹੇ ਆ, ਮਿਹਨਤਾਂ ਕੱਢਣੀਆਂ ਪੈ ਰਹੀਆਂ ਤੁਹਾਡੀਆਂ। KP ਜਦੋਂ ਪਿਛਲੀ UP ਦੀ ਸਾਡੀ ਸਰਕਾਰ ਆਈ, ਉਸ ਤੋਂ 4 ਸਾਲ ਪਿਛਲੇ, ਉਸ ਤੋਂ ਜਦੋਂ ਅਖਿਲੇਸ਼ ਜੀ ਦੀ ਸਰਕਾਰ ਸੀ, 4 ਸਾਲ ਤੋਂ ਪੈਂਡਿੰਗ ਸੀ ਅਮਾਊਂਟ, ਇਹ ਗੰਨੇ ਦੀ ਜਿਹੜੀ ਪੇਮੈਂਟ ਸੀ, 26,000 ਕਰੋੜ ਗੰਨੇ ਦੀ ਪੇਮੈਂਟ ਜਿਹੜੀ ਸਰਕਾਰ। ਗਾਂਧੀ ਜਯੰਤੀ ਮਨਾ ਰਹੇ ਹੋ ਨਾ ਬਹੁਤ ਬਹੁਤ ਧੂਮਧਾਮ ਨਾਲ, ਇੰਟਰਨੈਸ਼ਨਲ ਗਾਂਧੀ ਪੀਸ ਅਵਾਰਡ 4 ਸਾਲਾਂ ਤੋਂ ਨਹੀਂ ਦਿੱਤਾ ਜਾ ਰਿਹਾ, ਤੁਸੀਂ ਜਯੰਤੀ ਮਨਾ ਰਹੇ ਹੋ? UP ਦੇ ਮੁੱਖ ਮੰਤਰੀ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਅੱਜ ਜਿਹੜਾ ਅਨਾਊਂਸ ਕੀਤਾ ਹੈ ਪਿਛਲੇ 1.5 ਸਾਲ, ਫਿਰ ਮੈਂ ਕਹੂੰਗਾ ਜੋ ਤੁਹਾਡੀ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ ਉੱਥੇ ਗੰਨਾ ਕਿਸਾਨ ਰੋਂਦੇ ਰਹੇ? ਨਹੀਂ ਨਹੀਂ, ਮੈਂ ਕਹਿ ਰਿਹਾ ਵੀ 4 ਸਾਲ ਤੋਂ ਮੁਲਾਇਮ ਸਿੰਘ, ਮਤਲਬ ਕਿਸਾਨ ਹੁੰਦੇ ਰਹਿਣਗੇ, ਸਿਆਸਤ ਹੁੰਦੀ ਰਹੂਗੀ, ਕਿਸਾਨ ਹੁੰਦੇ ਰਹਿਣਗੇ। ਨਹੀਂ ਨਹੀਂ, ਰਿੰਪਲ ਮੇਟਾ ਤੁਸੀਂ ਕੀ ਕਰ ਰਹੇ ਹੋ ਕਿਸਾਨਾਂ ਲਈ? ਤੁਸੀਂ ਵੀ ਸਿਰਫ ਸਿਆਸਤ ਕਰ ਰਹੇ ਹੋ? ਨਹੀਂ, ਅਸੀਂ ਸਿਆਸਤ ਨਹੀਂ ਕਰ ਰਹੇ, ਅਸੀਂ ਤਾਂ ਸਗੋਂ ਦੇਖੋ, ਕਿਸਾਨਾਂ ਨੇ ਸਾਨੂੰ ਇੱਕ ਫਤਵਾ ਦਿੱਤਾ, ਕਿਸਾਨਾਂ ਨੇ ਸਾਡੇ ਤੋਂ ਆਸ ਤੇ ਉਮੀਦ ਲਾਈ, ਔਰ ਕਿਸਾਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਹੈ ਕਾਂਗਰਸ ਸਰਕਾਰ ਹੋਣ 'ਚ ਲਿਆਂਦੀ ਹੈ। ਇਹ ਤਾਂ ਕਹਿੰਦੇ ਗੱਦੀ ਛੱਡੋ, ਔਰ ਇਹ ਕਹਿ ਰਹੇ ਗੱਦੀ ਛੱਡੋ, ਤੁਸੀਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਮੈਂ ਅਸੀਂ ਦੇਖੋ, ਜੇਕਰ ਇਹ 10 ਸਾਲ ਅਕਾਲੀ BJP ਰਾਜ ਕਰਕੇ ਗਏ, ਇਹਨਾਂ ਨੇ ਕਿਸਾਨੀ ਲਈ ਕੀ ਕੀਤਾ ਔਰ ਕਿਸਾਨੀ ਦਾ ਹਸ਼ਰ ਕੀ ਕੀਤਾ, ਔਰ ਅਸੀਂ ਜਿਹੜਾ 18 ਮਹੀਨਿਆਂ ਦੇ ਵਿੱਚ ਸਾਨੂੰ ਕਿਸਾਨ ਦੀ ਚਿੰਤਾ ਹੀ ਸੌਣ ਨਹੀਂ ਦਿੰਦੀ, ਔਰ ਸਾਨੂੰ ਕਿਸਾਨ ਦੀ ਚਿੰਤਾ ਜਿਹੜੀ ਹੈ ਸਭ ਤੋਂ ਵੱਧ ਹੈ। ਅਸੀਂ ਜਿਹੜਾ ਕਿਸਾਨੀ ਕਰਜ਼ਾ ਮਾਫ਼ ਕਰਨ ਵਾਸਤੇ ਕਿੰਨੇ ਸਿਰ ਤੋੜ ਯਤਨ ਕਰ ਰਹੇ ਹਾਂ, ਔਰ ਉਸ ਦੇ ਲਈ ਅਸੀਂ 2.5 ਲੱਖ ਕਿਸਾਨਾਂ ਨੂੰ ਫਾਇਦਾ ਦੇ ਚੁੱਕੇ ਹਾਂ, ਔਰ ਉਸ ਦੇ ਲਈ ਅਸੀਂ ਜਿਹੜਾ ਖਰਾਬੇ ਦੀ ਜਿਹੜੀ ਰਕਮ ਹੈ 8 ਤੋਂ 12 ਹਜ਼ਾਰ ਕਰ ਚੁੱਕੇ ਹਾਂ, ਔਰ ਕਿਸਾਨੀ ਦੀਆਂ ਕੀਟਨਾਸ਼ਕ ਦਵਾਈਆਂ ਔਰ ਜਿੰਨੇ ਵੀ ਉਹਨਾਂ ਨੂੰ ਬੀਆਂ ਦੇ ਔਰ ਹੋਰ ਜਿੰਨੇ ਵੀ ਪ੍ਰਬੰਧ ਖੇਤੀਬਾੜੀ ਕਿਸਾਨ ਖੁਦਕੁਸ਼ੀ ਕਰ ਚੁੱਕੇ ਆ, ਰਿੰਪਲ ਮੇਟਾ ਹੋਇਆ, 3 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਆ, ਪੂਰੀ ਸਿਆਸਤ ਨੂੰ ਸ਼ਰਮ ਹੋਣੀ ਚਾਹੀਦੀ ਹੈ। ਦੇਖੋ ਇਹ ਬਿਲਕੁਲ 70 ਸਾਲ ਤੋਂ ਬਾਅਦ ਵੀ ਕਿਸਾਨ ਸੜਕਾਂ ਤੇ ਰੋਲ ਰਿਹਾ ਹੈ, ਸ਼ਰਮ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਦੇਖੋ ਕਿਸਾਨ ਜਿਹੜਾ ਹੈ ਉਹ ਸਾਡਾ ਅੰਨਦਾਤਾ ਹੈ, ਕਿਸਾਨ ਹੈ ਉਹ ਅੰਨਦਾਤਾ ਨਹੀਂ, ਤੁਹਾਡੇ ਲਈ ਵੋਟਦਾਤਾ ਸਿਰਫ ਉਹ, ਨਹੀਂ ਵੋਟਦਾਤਾ ਨਹੀਂ ਹੈ। ਮੈਂ ਜਸੇ ਸਿੰਘ, ਤੁਸੀਂ ਤਾਂ ਸਿਆਸਤ ਬਦਲਣ ਆਏ ਸੀਗੇ, ਕਿਸਾਨਾਂ ਦੀ ਹਾਲਤ ਕੌਣ ਬਦਲੂਗਾ? ਦੇਖੋ ਅੱਜ ਜੋ ਇਹ ਅੱਜ ਮਾਰਚ ਕੱਢ ਰਹੀ ਹੈ, BKU ਕੱਢ ਰਹੀ ਹੈ, ਐਂਡ 30,000 ਤੋਂ 50,000 ਕਿਸਾਨ ਜਿਹੜਾ ਆਇਆ ਉਹ ਸਾਰਾ ਮੋਸਟਲੀ UP ਤੋਂ ਆਇਆ ਹੋਇਆ, ਐਂਡ ਇਹ ਥੋੜ੍ਹਾ ਜਿਹਾ ਜਿਹੜੇ ਇਹਦੀ ਜੇ ਹਿਸਟਰੀ ਦੇਖੋ, ਅੱਜ ਤੋਂ 30 ਸਾਲ ਪਹਿਲਾਂ ਮਹਿੰਦਰ ਸਿੰਘ ਟਿਕੇਟ ਸੀਗੇ ਜਿਹੜੇ BKU ਦੇ ਲੀਡਰ ਸੀਗੇ, ਉਹਨਾਂ ਨੇ ਇਹ ਮਾਰਚ ਕੱਢੀ ਸੀਗੀ, ਅਤੇ ਉਸ ਵੇਲੇ ਰਾਜੀਵ ਗਾਂਧੀ ਨੂੰ ਹਫ਼ਤਾ ਮਤਲਬ ਪੂਰਾ ਦਿੱਲੀ ਰੋਕ ਕੇ ਰੱਖਤਾ ਸੀਗਾ,
ਤੇ ਰਾਜੀਵ ਗਾਂਧੀ ਨੂੰ ਉਸ ਵੇਲੇ ਉਹਨਾਂ ਦੇ ਅੱਗੇ ਗੋਡੇ ਟੇਕਣੇ ਪਏ ਸੀ, ਉਹਨੇ ਸਾਰੀ ਡਿਮਾਂਡਸ ਮੰਗਣੀਆਂ ਪਈਆਂ ਸੀ। ਤੇ ਅੱਜ ਵੀ ਜੋ ਇਹ ਮਾਰਚ ਹੋ ਰਹੀ ਹੈ ਉਹ ਸ਼ਾਇਦ ਟਿਕੇ ਜਿਹੜੇ ਉਹ ਮਹਿੰਦਰ ਸਿੰਘ ਸੀਗੇ ਉਹਨਾਂ ਦੇ ਸ਼ਾਇਦ ਬੇਟੇ ਜਾਂ ਕੋਈ ਉਹਨਾਂ ਦੇ ਰਿਸ਼ਤੇਦਾਰ ਹੀ ਹੈ, ਉਹੀ ਅਗਵਾਈ ਕਰ ਰਹੇ ਹੈ, ਠੀਕ ਹੈ ਨਾ। ਤੇ ਅੱਜ ਮਤਲਬ ਠੀਕ ਹੈ, ਇਹ ਇੱਕ ਸਟੈਪ ਲੈਣਾ ਬਹੁਤ ਜ਼ਰੂਰੀ ਸੀਗਾ, ਪਰ ਦੇਖੋ ਸਾਰੇ ਮੋਸਟਲੀ 90% ਤੋਂ ਉੱਪਰ ਫਾਰਮਰ ਜਿਹੜਾ ਕਿਸਾਨ ਹੈ ਉਹ ਯੂਪੀ ਦਾ ਆਇਆ ਹੋਇਆ। ਹੁਣ ਇੱਥੇ ਜਿਵੇਂ ਹੁਣ ਕੰਗ ਸਾਹਿਬ ਕਹਿ ਰਹੇ ਸੀ ਵੀ ਯੂਪੀ 'ਚ ਬਹੁਤ ਕੁਛ ਹੋਇਆ, ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਡਿਮਾਂਡਸ ਨੇ ਲੋਨ ਵੇਵਰ ਦੀ, ਰਾਜਨੀਤੀ ਤੋਂ ਪ੍ਰੇਰਿਤ ਤਾਂ ਨਹੀਂ ਲੱਗਦਾ ਤੁਹਾਨੂੰ ਅੰਦੋਲਨ ਸਾਰਾ ਇਹ? ਨਹੀਂ, ਮੈਨੂੰ ਨਹੀਂ ਲੱਗਦਾ, ਉਹਨਾਂ ਨੇ ਬੜੀ ਸਾਫ਼ ਸਪਸ਼ਟ ਰੱਖੀਆਂ ਹੋਈਆਂ ਡਿਮਾਂਡਸ। ਠੀਕ ਹੈ ਲੋਨ ਵੇਵਰ ਹੈ, ਸਬਸਿਡਾਈਜ਼ਡ ਇਲੈਕਟ੍ਰੀਸਿਟੀ, ਕਿਉਂਕਿ ਬਿਜਲੀ ਆਉਂਦੇ ਸਰ ਮਹਿੰਗੀ ਕਰਤੀ ਯੂਪੀ ਦੇ ਵਿੱਚ ਜਿਵੇਂ ਸਰਕਾਰ ਨਵੀਂ ਆਈ, ਸਵਾਮੀਨਾਥਨ ਰਿਪੋਰਟ ਆ ਗਈ, ਉਹ ਇੱਦਾਂ ਹੀ ਗੰਨਾ ਖੇਤੀ ਬਾਰੇ ਆਇਆ ਅਤੇ ਅਤੇ ਆਪਣਾ MSP ਬਾਰੇ ਆਇਆ। ਦੇਖੋ 1 ਲੱਖ ਦਾ ਲੋਨ ਵੇਵਰ ਵਾਅਦਾ ਕੀਤਾ ਸੀਗਾ ਯੋਗੀ ਆਦਿੱਤ ਨਾਥ ਨੇ, ਠੀਕ ਹੈ। ਉਸ ਵੇਵਰ ਦੇ ਉਸ ਵਾਅਦੇ ਦੇ ਉੱਪਰ ਡਿਪੈਂਡ ਕਰਕੇ ਭਰੋਸਾ ਕਰਕੇ ਲੋਕਾਂ ਨੇ ਵੋਟ ਦੇ ਕੇ ਇਹਨਾਂ ਨੂੰ ਜਿਤਾਇਆ। ਜੇ 1 ਲੱਖ ਦਾ ਲੋਨ ਵੇਵਰ ਵਾਕਿਆ 'ਚ ਥੱਲੇ, ਕਿਉਂਕਿ ਪਿੱਛੇ ਆਰਟੀਕਲਸ ਵੀ ਬਹੁਤ ਆਏ ਸੀਗੇ ਕਿ ਉਹਦੇ 'ਚ ਬਹੁਤ ਅੜਚਨਾ ਪਾਤੀਆਂ ਵਿੱਚ ਸਰਕਾਰ ਨੇ, ਇੰਨੀਆਂ ਤਰੁੱਟੀਆਂ ਹੈਗੀਆਂ ਕਿ ਵੀ ਕਿਸੇ ਨੂੰ ਲੋਨ ਵੇਵਰ ਬਹੁਤ ਔਖੇ ਮਿਲ ਰਹੇ, ਕਈਆਂ ਨੂੰ ਕੁਛ ਰੁਪਏ ਦਾ ਮਿਲਿਆ, ਕੁਛ ਇੱਦਾਂ ਇੱਦਾਂ ਮਿਲਿਆ। ਅਤੇ ਜੇ ਉਹ ਵਾਕਿਆ 'ਚ 1 ਲੱਖ ਲੋਨ ਵੇਵਰ ਹੋਇਆ ਹੁੰਦਾ ਤਾਂ ਕਿਸਾਨ ਅੱਜ ਰੋਡ 'ਤੇ ਨਾ ਆਉਂਦਾ, ਪਹਿਲੀ ਗੱਲ। ਦੂਜੀ ਗੱਲ ਇਹ ਕਹਿੰਦੇ ਆ ਕਿ ਵੀ MSP ਸਵਾਮੀਨਾਥਨ ਦੇ ਰਿਲੇਟਡ ਉਹਦੇ ਆਸ ਪਾਸ ਕਰਤੀ ਹੈ। ਪਿਛਲੇ ਕਈ ਮਹੀਨਿਆਂ ਤੋਂ, 2-3 ਮਹੀਨੇ ਤੋਂ ਲਗਾਤਾਰ BJP ਸੈਂਟਰ 'ਚ ਇਹੀ ਕਹਿ ਰਹੀ ਹੈ, ਅਸੀਂ MSP ਬਹੁਤ ਵਧਾਤਾ, ਬਹੁਤ ਵਧਾਤਾ, ਆਲਮੋਸਟ ਸਵਾਮੀਨਾਥਨ ਵਰਗਾ ਹੀ ਕਰਤਾ। ਜੇ ਇਹ ਸੱਚ ਹੁੰਦੀ ਗੱਲ ਤਾਂ ਕਿਸਾਨ ਕਿਉਂ ਆਉਂਦਾ ਰੋਡ 'ਤੇ? ਐਂਡ ਸਿਰਫ UP ਦਾ ਕਿਸਾਨ ਥੋੜ੍ਹਾ, ਤੁਸੀਂ ਇਸ ਤੋਂ ਪਹਿਲਾਂ ਵਾਲਾ ਅੰਦੋਲਨ ਦੇਖੋ ਨਾ, ਸੀਕਰ 'ਚ ਹੋਇਆ, ਠੀਕ ਹੈ, ਬੰਬੇ 'ਚ ਹੋਇਆ, ਠੀਕ ਹੈ, ਫਿਰ ਦਿੱਲੀ ਦੇ ਵਿੱਚ ਜਥੇਬੰਦੀਆਂ 84-80 ਤੋਂ ਉੱਪਰ ਜਥੇਬੰਦੀਆਂ ਇਕੱਠੀਆਂ ਹੋਈਆਂ ਸੀਗੀਆਂ, ਠੀਕ ਹੈ। ਹੁਣ ਇਹ UP ਤੋਂ ਆਏ ਆ, ਸੋ ਇਹ ਕੋਈ ਮੈਨੂੰ ਕੋਈ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ ਲੱਗ ਰਿਹਾ। ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਕਿਸਾਨਾਂ ਦੇ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਿਤ ਨਹੀਂ ਦੱਸਿਆ ਜਾ ਸਕਦਾ, ਜਸਜੀਤ ਸਿੰਘ ਗੱਲ ਕਹਿ ਰਿਹਾ, ਪਰ ਸਵਾਲ ਇਹ ਹੈਗਾ ਕਿ ਕਿਸਾਨ ਜਦੋਂ ਅੰਦੋਲਨ ਕਰਦੇ ਆ ਉਸ ਅੰਦੋਲਨ ਤੋਂ ਦਿੱਲੀ ਡਰਦੀ ਕਿਉਂ ਆ? ਦਿੱਲੀ ਡਰਦੀ ਇਸ ਕਰਕੇ ਆ ਕਿਉਂਕਿ ਉਹਨਾਂ ਨੂੰ ਪਤਾ ਕਿਸਾਨਾਂ ਨੂੰ ਅਸੀਂ ਸਿਰਫ ਵੋਟ ਬੈਂਕ ਵਜੋਂ ਵਰਤਿਆ, ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪਤਾ ਨਹੀਂ ਕੀ ਹੋ ਜਾਵੇਗਾ, ਦਿੱਲੀ ਜਾਮ ਹੋ ਜਾਵੇ ਕੀ? ਦਿੱਲੀ ਜਾਮ ਹੋ ਰਹੀ ਹੈ ਤਾਂ ਫਿਰ ਸਿਆਸਤ ਨੂੰ ਇਹ ਕਿਉਂ ਨਹੀਂ ਲੱਗਦਾ ਕਿ ਇਹਨਾਂ ਦੀਆਂ ਮੰਗਾਂ ਮੰਨ ਲਿੱਤੀਆਂ ਜਾਣ ਅਤੇ ਦਿੱਲੀ ਨੂੰ ਜਾਮ ਹੋਣ ਤੋਂ ਬਚਾਇਆ ਜਾ ਸਕੇ? ਕਿਉਂਕਿ ਜੇ ਢਿੱਡ ਜਾਮ ਹੋ ਕੇ ਫਿਰ ਕੀ ਕਰੋਗੇ? ਹਜੇ ਤਾਂ ਦਿੱਲੀ ਜਾਮ ਤੋਂ ਡਰ ਲੱਗਦਾ ਪਿਆ। ਬ੍ਰੇਕ ਤੋਂ ਵਾਪਸ ਆ ਰਹੇ ਕਿ ਕਿਸਾਨਾਂ ਦੇ ਹੱਲਾ ਬੋਲ ਨੇ 2019 ਦੀਆਂ ਚੋਣਾਂ ਲਈ ਕਿਹੜੀ ਜ਼ਮੀਨ ਤਿਆਰ ਕੀਤੀ ਹੈ? ਜੱਟ ਜਗਵੰਤ ਸਿੰਘ ਜੀ, ਗੰਨਾ ਬਕਾਇਆ 14 ਦਿਨਾਂ ਵਿੱਚ ਹੋਣਾ ਚਾਹੀਦਾ, 10 ਸਾਲ ਪੁਰਾਣੇ ਟਰੈਕਟਰਾਂ 'ਤੇ ਰੋਕ ਹਟੇ, ਇਹੋ ਜਿਹੀਆਂ ਕਈ ਮੰਗਾਂ ਨੇ ਜਿਹੜੀਆਂ ਕਿਸਾਨ ਉੱਥੇ ਲੈ ਕੇ ਪਹੁੰਚੇ ਸੀਗੇ। ਸਵਾਲ ਬੜਾ ਮਹੱਤਵਪੂਰਨ, ਉਹਨਾਂ ਮੰਗਾਂ 'ਤੇ ਆਉਣ ਤੋਂ ਪਹਿਲਾਂ ਮੈਂ ਸਵਾਲ ਇਹ ਕਰਨਾ ਚਾਹੂੰਗਾ, ਹੱਦਾਂ ਕੌਣ ਟੱਪ ਰਿਹਾ? ਸਿਆਸਤ ਟੱਪ ਰਹੀ ਹੈ, ਸੱਤਾ ਟੱਪ ਰਹੀ ਹੈ, ਜਾਂ ਕਿਸਾਨ ਟੱਪ ਰਿਹਾ? ਜਿਹੜਾ ਹੱਦਾਂ ਟੱਪਣ ਦਾ ਮਸਲਾ ਹੈ ਉਹ ਰਾਜਸੀ ਪਾਰਟੀਆਂ ਨਾਲ ਸੰਬੰਧਿਤ ਹੈ। ਕੋਈ ਵੀ ਰਾਜਸੀ ਪਾਰਟੀ ਜੋ ਹਿੰਦੁਸਤਾਨ ਦੀ ਕਹਿ ਲਓ ਕਿ ਇਕੋਨਮੀ ਦੇ ਵਿੱਚ ਐਗਰੀਅਰੀਅਨ ਕ੍ਰਾਈਸਿਸ ਬਣਿਆ ਹੋਇਆ ਉਹਨੂੰ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰ ਪਾ ਰਹੀ। ਜੇ ਗਵਰਨੈਂਸ ਐਂਗਲ ਤੋਂ ਦੇਖੋ ਤਾਂ ਜਿੰਨੀ ਸਟੇਟਸ ਦੇ ਵਿੱਚ ਐਗਰੀਅਰੀਅਨ ਕ੍ਰਾਈਸਿਸ ਕਰਕੇ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਿਹਾ ਹੈ, ਜਿਹੜੀ ਆਪਣਾ ਮਹਾਰਾਸ਼ਟਰ ਵਿੱਚ ਬਹੁਤ ਲੰਬਾ ਮਾਰਚ ਸ਼ਾਂਤੀਪੂਰਵਕ ਚੱਲਿਆ, ਉਹਦੇ ਅਖੀਰ ਦੇ ਵਿੱਚ ਆ ਕੇ ਇੱਕ ਸਮਝੌਤਾ ਵੀ ਹੋ ਗਿਆ ਵੀ ਅਸੀਂ ਇਹ ਮੰਗਾਂ ਮੰਨ ਲਈਆਂ, ਪਰ ਉਸ ਤੋਂ ਬਾਅਦ ਫਿਰ ਖਬਰ ਇਹੀ ਆਉਂਦੀ ਹੈ ਕਿ ਉਹਨੂੰ ਕੁਛ ਵੀ ਨਹੀਂ ਕੀਤਾ ਗਿਆ। ਜਦੋਂ ਸਰਕਾਰਾਂ ਦਾ ਅਪਰੋਚ ਇਹ ਹੋਵੇ ਵੀ ਇਸ ਮੌਕੇ ਜਿਹੜੀ ਜਥੇਬੰਦੀ ਦੇ ਲੋਕ ਇਕੱਠੇ ਹੋ ਕੇ ਆ ਗਏ ਆ, ਇਹਨਾਂ ਨੂੰ ਕਿਸੇ ਤਰੀਕੇ ਨਾਲ ਠੰਡਾ ਕਰਕੇ ਵਾਪਸ ਭੇਜੋ, ਮੁੜ ਕੇ ਆਪਾਂ ਇਹਦੇ ਵਿੱਚ ਇੱਕ ਅੱਧੀ ਕੋਈ ਡਿਮਾਂਡ ਪੂਰੀ ਕਰਕੇ ਬਾਕੀ ਛੱਡ ਦੇਣੀ ਹੈ, ਔਰ ਇਲੈਕਸ਼ਨ ਵਿੱਚ ਵੱਡੇ ਵੱਡੇ ਵਾਅਦੇ ਕਰਨੇ ਆ, ਔਰ ਜੋ ਉਹਨਾਂ ਦੇ ਮੁੱਢਲੇ ਮਸਲੇ ਆ ਉਹਨਾਂ ਨੂੰ ਐਡਰੈਸ ਨਹੀਂ ਕਰਨਾ, ਤਾਂ ਇਹ ਕ੍ਰਾਈਸਿਸ ਵਿਦ ਪੈਸੇ ਓਫ ਟਾਈਮ ਹੋਰ ਵੀ ਡੀਪ ਹੁੰਦਾ ਜਾਏਗਾ, ਕਿਉਂਕਿ ਐਗਰੀਕਲਚਰ ਦੇ ਵਿੱਚ ਫਰੈਗਮੈਂਟੇਸ਼ਨ ਦੇ ਨਾਲ ਜਿਹੜੀ ਕਿਸਾਨੀ ਆ ਉਹਦੀ ਲੈਂਡ ਹੋਲਡਿੰਗ ਪਹਿਲਾਂ ਨਾਲੋਂ ਛੁੱਟੀਆਂ ਹੋ ਗਈਆਂ, ਔਰ ਦੂਸਰੀ ਤਰਫ ਉਹਨਾਂ ਦੇ ਕੋਈ ਵੀ ਇੰਪਲਾਇਮੈਂਟ ਜਿਹੜੀ ਹੈ ਉਹਦਾ ਕੋਈ ਬਹੁਤਾ ਹੀਲਾ ਵੀਲਾ ਨਹੀਂ ਹੋਇਆ। ਇਸ ਕਰਕੇ ਕ੍ਰਾਈਸਿਸ ਰੂਰਲ ਇਕੋਨਮੀ ਲਈ, ਐਗਰੀਕਲਚਰ ਇਕੋਨਮੀ ਲਈ, ਔਰ ਉਸ ਦੇ ਨਾਲ ਮੈਂ ਕਹਾਂਗਾ ਹੋਰ ਬਹੁਤ ਸਾਰੇ ਏਰੀਏ ਦੇ ਵਿੱਚ ਵੀ ਇਹ ਕ੍ਰਾਈਸਿਸ ਵੱਧਦਾ ਲਗਾਤਾਰ ਵੱਧਦਾ ਨਜ਼ਰ ਆ ਰਿਹਾ। ਮੈਂ ਜਿਸ ਤਰੀਕੇ ਨਾਲ ਮੰਗਾਂ ਦੇ ਉਹਨਾਂ ਦੇ ਐਂਗਲ ਤੋਂ ਗੱਲ ਕਰਾਂ, ਜਿਹੜੇ ਸਵਾਮੀਨਾਥਨ ਬਹੁਤ ਸਾਰੀਆਂ ਗੱਲਾਂ ਸਵਾਮੀਨਾਥਨ ਕਮੇਟੀ ਰਿਪੋਰਟ ਨਾਲ ਜਾ ਕੇ ਜੁੜ ਜਾਂਦੀਆਂ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਨਾਲ ਜ਼ਿਆਦਾਤਰ ਐਗਰੀਕਲਚਰ ਇਕੋਨਮਿਸਟ ਉਹਦੇ ਨਾਲ ਸਹਿਮਤ ਹੈ, ਕਿਉਂਕਿ ਜੋ ਜਿਸ ਤਰੀਕੇ ਨਾਲ ਤੁਸੀਂ ਇੰਡਸਟਰੀ ਪ੍ਰੋਡਿਊਸ ਦਾ ਕੋਸਟ ਕੈਲਕੂਲੇਟ ਕਰਕੇ ਉਹ ਆਪਣਾ ਪ੍ਰੋਫਿਟ ਲੈਂਦੇ ਆ, ਤਾਂ ਐਗਰੀਕਲਚਰ ਪ੍ਰੋਡਿਊਸ ਦਾ ਕਿਉਂ ਨਹੀਂ? ਉਹਦੇ ਜੇ ਤੁਸੀਂ ਕੈਲਕੂਲੇਸ਼ਨ ਵਿੱਚ ਖੱਬੇ ਸੱਜੇ ਕਰਕੇ ਉਹਨਾਂ ਨੂੰ ਘੱਟ ਪ੍ਰਾਈਸ ਦਿਓਗੇ ਤਾਂ ਉਹਦੇ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪ੍ਰੋਟੈਸਟ ਨਿਕਲੇਗਾ। ਔਰ ਕਿਸਾਨ ਕਈ ਵਾਰ ਮੈਂ ਦੇਖਦਾ ਕਿ ਕਿਉਂਕਿ ਉਹਨਾਂ ਨੂੰ ਇੱਕ ਆਪਣਾ ਤਕਲੀਫ ਤਾਂ ਨਜ਼ਰ ਆ ਰਹੀ ਹੁੰਦੀ ਹੈ, ਉਹਦੇ ਹੱਲ ਦੇ ਬਾਰੇ ਇੰਨਾ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਡਿਮਾਂਡ ਲੈ ਆਉਂਦੇ ਆ ਵੀ ਡੀਜ਼ਲ ਦੀ ਕੀਮਤ ਜਿਹੜੀ ਉਹ ਸਾਨੂੰ ਸਬਸਿਡੀ ਦੇ ਦਿਓ, ਬਿਜਲੀ ਦੀ ਕੀਮਤ ਸਬਸਿਡੀ ਦੇ ਦਿਓ, ਔਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਜਦੋਂ ਉਹਨਾਂ ਨੇ ਸਬਸਿਡੀ ਤੋਂ ਉੱਤੇ ਘਟਾਇਆ ਜਾਂਦਾ
ਤਾਂ ਸਵਾਮੀਨਾਥਨ ਦੇ ਫਾਰਮੂਲੇ 'ਚ ਉਹ ਘਾਟੇ 'ਚ ਰਹਿੰਦੇ ਨੇ, ਫਾਇਦਾ ਕਿਸੇ ਹੋਰ ਦਾ ਹੋ ਜਾਂਦਾ, ਖਾਤੇ ਉਹਨਾਂ ਦੇ ਪੈ ਜਾਂਦਾ, ਉਸ ਵਿੱਚ ਉਹ ਘਾਟਾ ਖਾ ਕੇ ਨਿਕਲ ਜਾਂਦੇ ਆ। ਅਤੇ ਉਹ ਇੱਕ ਲਗਾਤਾਰ ਕ੍ਰਾਈਸਿਸ ਮੇਰੇ ਹਿਸਾਬ ਨਾਲ ਪੰਜਾਬ ਦੀ ਨਹੀਂ, ਯੂਪੀ ਦੀ ਨਹੀਂ, ਪੂਰੇ ਹਿੰਦੁਸਤਾਨ ਦੀ ਐਗਰੀਕਲਚਰ ਇਕੋਨਮੀ 'ਚ ਬਣਿਆ ਹੋਇਆ। ਡਾਕਟਰ ਜਗਵੰਤ ਸਿੰਘ, ਮੈਂ ਸਵਾਲ ਇਹ ਕਰ ਰਿਹਾ ਸੀਗਾ ਕਿ ਜੇ ਹੱਦਾਂ ਟੱਪੀਆਂ ਜਾ ਰਹੀਆਂ ਤਾਂ ਫਿਰ ਜਿਹੜੀ ਸਿਆਸਤ, ਜਿਹੜੀ ਸੱਤਾ ਹੈ, ਉਹਨਾਂ ਨੂੰ ਵਾਅਦੇ ਕਰਦੀ ਹੈ, ਹੱਦਾਂ ਤੋਂ ਵੀ ਟੱਪ ਰਹੀ ਹੈ ਨਾ? ਉਹ ਵਾਅਦੇ ਗਲਤ, ਹੱਦਾਂ ਟੱਪ ਰਹੀ ਹੈ। ਹਾਂ, ਉਹ ਕਿਸੇ ਵੀ ਜਦੋਂ ਖਾਸ ਕਰਕੇ ਇਲੈਕਸ਼ਨ ਨੇੜੇ ਆਉਂਦੀ ਆ ਤਾਂ ਹਰ ਤਰੀਕੇ ਦਾ ਵਾਅਦਾ ਕੀਤਾ ਜਾਂਦਾ। ਔਰ ਤੁਸੀਂ ਕਿਸੇ ਵੀ ਸਰਕਾਰ ਦੀ ਗਵਰਨੈਂਸ ਅਤੇ ਪਰਫੋਰਮੈਂਸ ਦੇ ਕੇ ਦੇਖ ਲਓ, ਉਹਦੇ ਵਿੱਚ ਪਰਫੋਰਮੈਂਸ ਅਤੇ ਗਵਰਨੈਂਸ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਹੀਣੀਆਂ ਸਾਬਤ ਹੋ ਰਹੀਆਂ। ਠੀਕ ਹੈ, ਇਹ ਪੂਰੇ ਸੁਭਾਵਿਕ ਜੀ ਹੈ। ਜਿਹੜਾ ਕਿਸਾਨ ਹੈ ਉਹ ਸਭ ਤੋਂ ਵੱਡੇ ਜਿਹੜਾ ਹੈਗਾ ਜਿਹੜਾ ਵਰਗ ਹੈ ਸਾਡੇ ਮੁਲਕ ਦਾ, ਉਹ ਕਿਸਾਨ ਹੈ। ਇਹਦੇ 'ਚ ਵੀ ਕੋਈ ਦੋ ਰਾਏ ਨਹੀਂ KP ਜੀ ਵੀ ਕਿਸਾਨਾਂ ਦੀ ਸਥਿਤੀ ਬਹੁਤ ਚੰਗੀ ਨਹੀਂ ਹੈ। ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿਸਾਨਾਂ ਦੀ ਸਥਿਤੀ ਰਾਤੋ ਰਾਤ ਨਹੀਂ ਬਣੀ। ਇਹ ਵੀ ਮੈਂ ਕਹਿੰਦਾ ਬੜੇ ਜ਼ਿੰਮੇਵਾਰੀ ਨਾਲ ਵੀ ਸਾਡੀ ਸਰਕਾਰ ਨੇ ਕੋਸ਼ਿਸ਼ ਕੀਤੀ MSP ਨੂੰ ਲੈ ਕੇ, ਯੂਰੀਆ ਤਰ੍ਹਾਂ ਪ੍ਰੋਵਾਈਡ ਕੀਤੀ, ਸੋਇਲ ਹੈਲਥ ਕਾਰਡ ਦਿੱਤੇ, ਕ੍ਰੋਪ ਜਿਹੜੀ ਹੈਲਥ ਸਕੀਮ ਲਿਆਂਦੀ, ਫਸਲ ਬੀਮਾ ਯੋਜਨਾ ਲਿਆਂਦੀ। ਮੈਂ ਇਹ ਕਹਿੰਦਾ ਇੱਕ ਗੱਲ ਸੁਣਨ ਦੀ, ਮਤਲਬ ਮੈਨੂੰ ਟਾਈਮ ਦਿਓ ਜਰਾ। ਗੱਲ ਇਹ ਆ ਵੀ ਕਿਸਾਨ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਥੇਬੰਦੀਆਂ ਨਾ ਉਹਨਾਂ ਦਾ ਵੀ ਰਾਜਨੀਤੀਕਰਨ ਬੜੇ ਵੱਡੇ ਸਤਰ 'ਤੇ ਹੋ ਗਿਆ। ਇੱਕ ਉਹ ਕੀ ਹੁੰਦਾ ਹੈ ਵੀ ਅੱਜ ਕਈ ਵਾਰ ਇਲੈਕਸ਼ਨ ਦੇ ਨੇੜੇ ਆ ਕੇ ਕਿਸਾਨਾਂ ਨੂੰ ਐਜੀਟੇਸ਼ਨ ਕਰਨ ਦੀ ਯਾਦ ਆਉਂਦੀ। ਮੈਂ ਇਹ ਨਹੀਂ ਕਹਿ ਰਿਹਾ ਵੀ ਐਜੀਟੇਸ਼ਨ ਗਲਤ ਹੈ, ਇਹ ਸਹੀ ਹੈ। ਮੈਂ ਪਹਿਲਾਂ ਹੀ ਮੰਨਿਆ ਵੀ ਕਿਸਾਨਾਂ ਦੀ ਸਥਿਤੀ ਮਾੜੀ ਆ, ਪਰ ਅੱਜ ਲੋੜ ਹੈ ਦੇਸ਼ 'ਚ ਕਿਸਾਨ ਲੀਡਰਸ਼ਿਪ ਦੀ ਵੀ। ਕਿਸਾਨ ਆਪਣੇ ਨੁਮਾਇੰਦੇ ਪਾਰਲੀਮੈਂਟ 'ਚ ਕਿਉਂ ਨਹੀਂ ਭੇਜਦੇ? ਅੱਜ ਤੋਂ 20-25 ਸਾਲ ਪਹਿਲਾਂ ਦੇਖੋ, ਦੇਵੀ ਲਾਲ, ਚੌਧਰੀ ਚਰਨ ਸਿੰਘ, ਮੁਲਾਇਮ ਸਿੰਘ ਯਾਦਵ ਵੱਡੇ ਵੱਡੇ ਨਾਮ ਸੀ ਪਾਰਲੀਮੈਂਟ 'ਚ। ਔਰ ਰਾਜਨਾਥ ਸਿੰਘ, ਅਜੀਤ ਸਿੰਘ ਦੇ ਫਾਦਰ ਰਾਜਨਾਥ ਸਿੰਘ ਕਿਸਾਨ ਨੇਤਾ ਨੇ। ਰਾਜਨਾਥ ਸਿੰਘ ਦੀ ਬੈਕਗ੍ਰਾਉਂਡ ਐਜੂਕੇਸ਼ਨ ਨਾਲ ਜ਼ਿਆਦਾ ਰਹੀ ਹੈ, ਕਿਸਾਨਾਂ ਨਾਲ ਨਹੀਂ, ਪਰ ਹੈ ਮਨ ਸਕਦੇ ਆ। ਇੱਕ ਮਿੰਟ, ਸੌਰੀ, ਮੈਂ ਕਹਿੰਦਾ ਨਹੀਂ, ਇਹ ਵੀ ਇੱਕ ਲੋੜ ਹੈ ਕੰਗ ਸਾਹਿਬ। ਨਹੀਂ, ਗਜੇਂਦਰ ਸਿੰਘ ਸਖਾਵਤ ਉਹ ਬਾਸਕਟਬਾਲ ਦਾ ਪਲੇਅਰ ਹੈ ਸਰ ਜੀ, ਉਹ ਕਿਸਾਨ ਯੂਨੀਅਨ ਦਾ ਨੇਤਾ ਰਿਹਾ ਪਹਿਲਾਂ। ਠੀਕ ਹੈ, ਚਲੋ ਮੈਨੂੰ ਇੱਕ ਛੋਟਾ ਜਿਹਾ ਮੈਨੂੰ ਦੱਸੋ ਹੁਣ, ਤੁਹਾਡਾ ਇੱਕ ਮਿੰਟ ਤੁਸੀਂ ਕਿਸਾਨਾਂ ਨਾਲ ਬਾਸਕਟਬਾਲ ਖੇਡਦੇ ਪਏ ਹੋ? ਨਹੀਂ ਨਹੀਂ, ਅਸੀਂ ਕਿਸਾਨਾਂ ਨੂੰ ਅੱਜ ਹੀ ਬੁਲਾਇਆ। ਤੁਸੀਂ ਕਹਿ ਜਸਤੇਜ ਹੋਣਾ ਨੇ ਜ਼ਿਕਰ ਕੀਤਾ ਨਾ ਰਾਜੀਵ ਗਾਂਧੀ ਦੇ ਟਾਈਮ, ਇੰਨੇ ਦਿਨ ਕਿਸਾਨ ਉੱਥੇ ਬੈਠਾ ਰਿਹਾ। ਜੇ ਅੱਜ ਉੱਥੇ ਪਹੁੰਚਿਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਅਲੱਗ ਗੱਲ ਹੈ, ਉਹਨੂੰ ਪੁਲਿਸ ਨੇ ਹੈਂਡਲ ਕਰਨਾ ਹੈ। ਲੇਕਿਨ ਇਹ ਨਹੀਂ ਹੋਣਾ ਚਾਹੀਦਾ ਸੀ ਇਸ ਤਰੀਕੇ ਨਾਲ ਕਿਸਾਨਾਂ 'ਤੇ ਅੱਤਿਆਚਾਰ, ਜਾਂ ਉਹਨਾਂ ਨੂੰ ਜੇ ਜੋ ਕੋਈ ਅਟੈਕ ਹੋਇਆ ਪੁਲਿਸ ਵਾਲੇ ਵੱਲੋਂ। ਲੇਕਿਨ ਸਰਕਾਰ ਨੇ ਇਮੀਡੀਏਟਲੀ ਉਹਨਾਂ ਦਾ ਜਿਹੜਾ ਉਹਨਾਂ ਨਾਲ ਗੱਲਬਾਤ ਕੀਤੀ ਆ, ਔਰ ਟਰੈਕਟਰ ਵਾਲਾ ਜਿਸ ਤਰ੍ਹਾਂ ਇਸ਼ੂ ਤੁਸੀਂ ਕਿਹਾ ਉਹਨਾਂ ਨੇ ਅਲਾਊ ਕਰਤਾ, ਗੰਨੇ ਦਾ CM UP ਵਾਲੇ ਨੇ ਕਿਹਾ ਅਸੀਂ ₹26,000 ਕਰੋੜ ਦੀ ਪੇਮੈਂਟ ਜਿਹੜੀ ਦਿੱਤੀ ਹੈ ਪਿਛਲੇ 1.5 ਸਾਲ 'ਚ। 1 ਲੱਖ ਦੇ ਜਿਹੜੇ ਕਰਜ਼ੇ ਸੀ UP ਸਰਕਾਰ ਨੇ ਛੋਟੇ ਕਿਸਾਨਾਂ ਦੇ, ਸੀਮਾਂਤ ਜਾਂ ਲਘੂ ਫਾਰਮਰ ਜਿਹਨੂੰ ਛੋਟਾ ਕਿਸਾਨ, ਉਹ ਮਾਫ਼ ਕੀਤੇ। ਬਹੁਤ ਸਾਰੇ ਹਜੇ ਰਹਿੰਦੇ ਆ। ਬੜੇ ਸਿੱਧੇ ਸ਼ਬਦਾਂ ਵਿੱਚ ਇਹ ਹੈ ਕਿ ਗੱਲ ਵਿੱਚ ਅੰਗੂਠਾ ਦੇਣਾ ਪਵੇਗਾ, ਫਿਰ ਹੀ ਮੰਗਾ ਮੰਨੋਗੇ ਤੁਸੀਂ। ਦੇਖੋ, ਹਾਂ, ਉਹਦੇ ਲਈ ਤਾਂ ਸਾਨੂੰ ਸਾਰੇ ਦੇਸ਼ ਦਾ ਐਗਰੀਕਲਚਰ ਸਿਸਟਮ ਬਦਲਾਵ ਦੀ ਲੋੜ ਹੈ, ਡਾਈਵਰਸੀਫਿਕੇਸ਼ਨ ਦੀ ਲੋੜ ਹੈ, ਕਿਸਾਨਾਂ ਨੂੰ ਵੀ ਕੁਛ ਜ਼ਿੰਮੇਵਾਰ ਹੋਣ ਦੀ ਲੋੜ ਹੈ। ਸਾਰਾ ਮੁਲਕ ਜੇ ਬਾਸਮਤੀ ਕਰਨ ਲੱਗ ਜਾਊਗਾ ਤੇ ਇਹ ਬਾਸਮਤੀ ਦੀ ਪ੍ਰੋਡਕਸ਼ਨ ਕਿੱਥੇ ਜਾਊਗੀ? ਸਾਰਾ ਮੁਲਕ ਜੇ ਕਣਕ ਕਰਨ ਲੱਗ ਜਾਊਗੀ, ਸਰਕਾਰ ਦਾ ਜੇ ਮੈਨੂੰ ਤੁਸੀਂ ਟਾਈਮ ਦਿਓ ਤੇ ਇੱਕ ਗੱਲ, ਮੈਂ ਇੱਕ ਹੋਰ ਬੜੀ ਜ਼ਰੂਰੀ ਗੱਲ, ਸਰਕਾਰ ਕੋਸ਼ਿਸ਼ ਕਰ ਰਹੀ ਹੈ ਐਗਰੀਕਲਚਰ ਕਲਸਟਰ ਬਣਾਉਣ ਦਾ, ਇੱਕ ਯੋਜਨਾ ਹੈ। ਦੇਖੋ, ਰਾਤੋ ਰਾਤ ਨਹੀਂ ਹੋਣਾ। ਜਿੱਦਾਂ ਮਹਾਰਾਸ਼ਟਰ 'ਚ ਸੰਤਰਾ ਔਰ ਕੇਲਾ ਤੱਕ ਹੋਊਗਾ, ਨਹੀਂ ਮੇਰੀ ਗੱਲ ਸੁਣ ਤੁਸੀਂ, ਕਿਉਂਕਿ ਤੁਸੀਂ ਹਰ ਗੱਲ ਨੂੰ ਬੜਾ ਮੈਂ ਕਹਿੰਦਾ ਬੜਾ ਸੰਜੀਦਾ ਇਸ਼ੂ ਆ ਕਿ ਜਿੱਦਾਂ ਮਹਾਰਾਸ਼ਟਰ ਸੰਤਰਾ ਕੇਲਾ, ਉੱਥੇ ਐਗਰੋ ਬੇਸਡ ਇੰਡਸਟਰੀ ਲਗਾ ਕੇ ਉਹਨੂੰ ਪ੍ਰਮੋਟ ਕਰਨਾ, ਰਾਜਸਥਾਨ ਮੱਧ ਪ੍ਰਦੇਸ਼ ਦਾਲਾਂ ਨੂੰ ਪ੍ਰਮੋਟ ਕਰਨਾ, ਹਿਮਾਚਲ 'ਚ ਸੇਬ ਨੂੰ ਪ੍ਰਮੋਟ ਕਰਨਾ, ਪੰਜਾਬ 'ਚ ਬਾਸਮਤੀ ਚੰਗੀ ਹੋ ਸਕਦੀ ਹੈ, UP ਵੈਸਟਰਨ 'ਚ ਗੰਨਾ ਹੋ ਸਕਦਾ, ਇਹ ਸਾਰੀਆਂ ਚੀਜ਼ਾਂ ਵਾਸਤੇ ਵੀ ਸਰਕਾਰ ਇੱਕ ਪਾਲਿਸੀ ਤਿਆਰ ਕਰ ਰਹੀ ਹੈ, ਸਾਰੇ ਮੁਲਕ ਦੇ ਕਿਸਾਨਾਂ ਦੀ ਸਥਿਤੀ ਤਾਂ ਹੀ ਸੁਧਰ ਸਕਦੀ। ਠੀਕ ਹੈ, ਜਸੇ ਸਿੰਘ, ਇਹਨਾਂ ਨੇ ਮਾਲੂ ਸਿੰਘ ਕੰਗ ਨੇ ਕਿਹਾ ਬਹੁਤ ਸੰਜੀਦਾ ਇਸ਼ੂ ਹੈਗਾ ਇਹ, ਇਹ ਸਾਨੂੰ ਸੰਜੀਦਗੀ ਨਾਲ ਚਰਚਾ ਕਰਨੀ ਚਾਹੀਦੀ। ਇਹ ਕਹਿੰਦੇ ਵੀ ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ, ਰਾਤੋ ਰਾਤ ਸਥਿਤੀ ਬਦਲ ਨਹੀਂ ਸਕਦੀ, ਇਹ ਹਾਲਾਤ ਕਾਂਗਰਸ ਨੇ ਖਰਾਬ ਕੀਤੇ ਆ। ਦੇਖੋ, ਮੈਂ ਨਹੀਂ, ਕਾਂਗਰਸ 'ਤੇ ਤਾਂ ਅੱਜ ਗੱਲ ਹੋ ਹੀ ਨਹੀਂ ਰਹੀ ਨਾ। ਜੇ ਉਹ ਤਾਂ ਦੇਖਿਓ ਤਾਂ ਪਤਾ ਕਿ ਸਭ ਕਾਂਗਰਸ ਫੇਲ ਹੋਈ ਸੀਗੀ, ਉਹ ਕਿਸਾਨਾਂ ਨੂੰ ਰਾਹਤ ਨਹੀਂ ਦੇ ਸਕੀ ਸੀਗੀ, ਤਾਂ ਹੀ ਤਾਂ ਲੋਕਾਂ ਨੇ ਇੰਨਾ ਭਾਰੀ ਬਹੁਮਤ ਦੇ ਕੇ, ਮਤਲਬ NDA ਦੀ ਲੋੜ ਹੀ ਨਹੀਂ ਸੀਗੀ, ਠੀਕ ਹੈ ਨਾ, BJP ਨੂੰ ਇੰਨਾ ਬਹੁਮਤ ਦੇ ਦਿੱਤਾ ਸੀਗਾ ਕਿ ਵੀ ਉਹ ਇਕੱਲੇ 'ਚ ਹੀ ਉਹ ਸਰਕਾਰ ਬਣਾਉਣ ਲਾਇਕ ਸੀਗੇ। ਠੀਕ ਹੈ, ਹੁਣ ਮੈਂ ਜਿਵੇਂ ਇਹ ਕਹਿ ਰਿਹਾ ਵੀ ਐਗਰੀਕਲਚਰ ਨੇਤਾ ਗਜੇਂਦਰ ਸਿੰਘ ਸਿਖਾਵਤ ਬਕਾਇਦਾ ਯੂਨੀਅਨਸ ਦੇ ਲੀਡਰ, ਫਾਰਮਰ ਯੂਨੀਅਨਸ ਰਹੇ ਹੈ, ਐਂਡ ਇਨਫੈਕਟ ਉਹਨਾਂ ਬਾਰੇ ਜਦੋਂ ਉਹਨਾਂ ਨੂੰ ਐਗਰੀਕਲਚਰ ਮਿਨਿਸਟਰ ਹੁਣੇ ਲਗਾਇਆ ਪਿਛਲੇ ਕੁਛ ਮਹੀਨਿਆਂ 'ਚ, ਐਂਡ ਬਹੁਤ ਪੋਜ਼ਿਟਿਵ ਮੈਸੇਜ ਗਿਆ ਸੀਗਾ ਉਸ ਚੀਜ਼ ਦਾ ਕਿ ਇਹ ਕਿਸਾਨ ਯੂਨੀਅਨ ਨੇਤਾ ਨੇ, ਐਂਡ ਇਹ ਸ਼ਾਇਦ ਕਿਸਾਨਾਂ ਵਾਸਤੇ ਕੁਛ ਕਰਨਗੇ, ਬਟ ਸਰਕਾਰ ਦੇ ਵਿੱਚ ਆ ਕੇ ਉਹ ਵੀ ਫਿਰ ਇਹਨਾਂ ਗੱਲਾਂ ਨੂੰ ਭੁੱਲ ਗਏ। ਹੁਣ ਇੱਥੇ ਗੱਲਾਂ ਦੇਖੋ, ਕੰਗ ਸਾਹਿਬ ਨੇ, ਮੈਂ ਕਹਿੰਦਾ ਬਹੁਤ, ਦੇਖੋ ਆਈ ਰਿਸਪੈਕਟ ਹਿਮ ਪਰਸਨਲੀ,
इन्होंने गल्लां बहुत वधिया कीतियां नीतियां दसियां बट नीतियां बनाउणी किन्नी है ते बनाउण दी ताकत किहदे कोल है ਉਹ ਤਾਂ ਸੈਂਟਰ ਕੋਲ ਤੁਹਾਡੇ ਕੋਲ ਸਰਕਾਰ ਹੈ ਬਹੁਮਤ ਹੈ ਤੁਹਾਡੇ ਕੋਲ ਇੰਨਾ ਸਟਰੋਂਗ ਲੋਕਾਂ ਨੇ ਬਹੁਮਤ ਦਿੱਤਾ ਹੈ ਤੁਹਾਨੂੰ ਮੈਜੋਰਿਟੀ ਦਿੱਤੀ ਹੈ ਪਰ ਤੁਸੀਂ ਹੀ ਤਾਂ ਨੀਤੀਆਂ ਬਣਾਉਣੀਆਂ ਨਾ ਇੱਥੇ ਆ ਕੇ ਸਿਰਫ ਇੱਕ ਟੀਵੀ ਤੇ ਆ ਕੇ ਬੋਲਣ ਨਾਲ ਆਪਣੀ ਇੱਕ ਮਨਸ਼ਾ ਤੁਸੀਂ ਜ਼ਾਹਿਰ ਕਰ ਰਹੇ ਹੋ ਉਹ ਲੋਕਾਂ ਤੱਕ ਤਾਂ ਨਹੀਂ ਪਹੁੰਚ ਰਹੀ ਨਾ ਉਹ ਮਨਸ਼ਾ ਹੁਣ ਤੁਸੀਂ ਇਹ ਦੇਖੋ ਕਿ ਵੀ ਪਿੱਛੇ ਅਰਾਊਂਡ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਨੇ 12,500 ਕਿਸਾਨਾਂ ਦੇ ਚੈੱਕ ਬਾਊਂਸ ਦੇ ਕੇਸਿਸ 'ਚ ਉਹਨਾਂ ਨੂੰ ਨੋਟਿਸ ਭੇਜਿਆ ਠੀਕ ਹੈ ਡਿਸਟ੍ਰੈਸ ਸੇਲ ਹੋਏਗੀ ਉਹਦੇ 'ਚੋਂ ਖੁਦਾ ਨਾ ਖਾਸਤਾ ਉਹ ਵਿਚਾਰੇ ਅੰਡਰ ਪ੍ਰੈਸ਼ਰ ਆ ਕੇ ਰੋਜ਼ ਕਿਸਾਨ ਮਰ ਰਿਹਾ ਪੰਜਾਬ ਦੇ ਵਿੱਚ ਠੀਕ ਹੈ ਰੋਜ਼ ਵਾਹੇ ਲਾ ਰਿਹਾ ਐਂਡ ਦੂਜੇ ਪਾਸੇ 3,16,000 ਕਰੋੜ ਦਾ ਲੋਨ ਦਾ ਜਿਹੜਾ ਰਾਈਟ ਆਫ ਇਹਨਾਂ ਨੇ ਪਿਛਲੇ 3 ਸਾਲਾਂ 'ਚ 4 ਸਾਲਾਂ 'ਚ ਭਾਜਪਾ ਦੀ ਸਰਕਾਰ ਨੇ ਕੀਤਾ ਮਤਲਬ ਉਹ ਰਾਈਟ ਆਫ ਜਿਹੜਾ ਲੋਨ ਕੀਤਾ ਉਹ ਕਿਹਦਾ ਕੀਤਾ ਉਹ ਵੱਡੀ ਵੱਡੀ ਕੰਪਨੀਆਂ ਦਾ ਹੁਣ ਖਬਰ ਵੀ ਤਾਂ ਇਹੀ ਆ ਰਹੀ ਹੈ ਨਾ ਕਿ 550 ਕਰੋੜ ਦਾ ਨਾ ਮਾਲੂਮ ਸੋਰਸਿਸ ਤੋਂ ਭਾਜਪਾ ਨੂੰ ਫੰਡ ਆਇਆ ਉਹ ਕਿੱਥੋਂ ਆਇਆ ਉਹ ਅੱਜ ਤੱਕ ਇਹਨਾਂ ਨੇ ਬਿਆਨ ਨਹੀਂ ਕੀਤਾ ਸਾਨੂੰ ਤਾਂ ਖੈਰ ਨੋਟਿਸ ਭੇਜ ਦਿੰਦੇ ਹਰ ਦੂਜੇ ਦਿਨ ਕਿ ਹਾਂਜੀ ਤੁਹਾਡੇ ਫੰਡ 50 ਲੱਖ ਦਾ ਤੁਹਾਡਾ ਗਲਤ ਆਇਆ 5 ਲੱਖ ਦਾ ਗਲਤ ਆਇਆ ਇਹਨਾਂ ਦਾ 500 ਕਰੋੜ ਦਾ ਆਇਆ ਕਾਂਗਰਸ ਦਾ ਅਰਾਊਂਡ 150-200 ਕਰੋੜ ਦਾ ਉਹਨਾਂ ਦਾ ਆਇਆ ਕਿ ਮੈਂ ਕਿਸਾਨਾਂ ਦੇ ਫੰਡਾਂ ਦੀ ਗੱਲ ਹਾਂ ਮੈਂ ਉਹੀ ਕਹਿ ਰਿਹਾ ਨਾ ਹੁਣ ਕਿਸਾਨ ਨੂੰ ਤਾਂ ਨੋਟਿਸ ਭੇਜ ਰਹੇ ਕਿਸਾਨ ਨੂੰ ਡਿਸਟ੍ਰੈਸ ਸੇਲ ਕਰਵਾ ਰਹੇ ਆ ਕਿਸਾਨ ਨੂੰ ਨੋਟਿਸ ਜਾਂਦੇ ਕਿ ਵੀ ਤੁਹਾਡੇ ਜੇ ਤੁਸੀਂ ਤੁਹਾਡਾ ਚੈੱਕ ਬਾਊਂਸ ਹੋ ਗਿਆ ਕਿਉਂਕਿ ਚੈੱਕ ਤਾਂ ਪਹਿਲਾਂ ਹੀ ਲੈਂਦੇ ਆ ਨਾ ਚੈੱਕ ਤਾਂ ਐਜ਼ ਅ ਗਰੰਟੀ ਲੈਂਦੇ ਆ ਬਾਅਦ 'ਚ ਥੋੜ੍ਹਾ ਨਾ ਚੈੱਕ ਕਿਸਾਨ ਜਾ ਕੇ ਦਿੰਦਾ ਵੀ ਲਓ ਜੀ ਮੇਰਾ ਚੈੱਕ ਲਗਾ ਦਿਓ ਉਹ ਪਹਿਲਾਂ ਉਹਦੇ ਕੋਲ ਚੈੱਕ ਪਏ ਹੁੰਦੇ ਚੈੱਕ ਲਗਾ ਦਿੰਦੇ 50-50 ਹਜ਼ਾਰ ਦੇ 2-2 ਲੱਖ ਦੇ 4-4 ਲੱਖ ਦੇ ਉਹ ਬਾਊਂਸ ਹੁੰਦਾ ਫਿਰ ਉਹ ਨੋਟਿਸ ਭੇਜਦੇ ਆ ਉਹ ਜਾ ਕੇ ਆਪਣੀ ਬੇਲ ਕਰਾਉਂਦਾ ਫਿਰ ਦੂਜੇ ਪਾਸੇ ਉਹਦੇ ਖਿਲਾਫ ਮੌਰਗੇਜ ਉਹਦੀ ਜ਼ਮੀਨ ਵੇਚਣ ਨੂੰ ਲਗਾ ਦਿੰਦੇ ਉਹਦੀ ਨਿਲਾਮੀ ਲਗਾ ਦਿੰਦੇ ਉਹ ਵਿਚਾਰਾ ਫਿਰ ਜਾ ਕੇ ਫਾਹੇ ਲਾਉਂਦਾ ਠੀਕ ਹੈ ਨਾ ਯਾਨੀ ਕਿ ਦੋ ਮੂੰਹਾਂ ਸਭ ਕੁਝ ਦੋ ਮੂੰਹਾਂ ਕੀ ਮਤਲਬ ਕਿਸਾਨ ਨੂੰ ਤਾਂ ਹਰ ਪਾਸੇ ਮਾਰ ਰਹੀ ਹੈ ਠੀਕ ਹੈ ਐਂਡ ਹੇਅਰ ਕੱਟ ਇੱਕ ਹੇਅਰ ਕੱਟ ਦਿੰਦੇ ਆ ਇਹ ਉਹ ਜਿਹੜੀ ਇਹਨਾਂ ਦੀ ਕੰਪਨੀਆਂ ਨੇ ਉਹ ਹੇਅਰ ਕੱਟ ਵਰਡ ਯੂਜ਼ਡ ਹੈ ਹੁਣ ਇਹ ਪਿੱਛੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ ਇੱਕ ਪ੍ਰਾਈਵੇਟ ਫਰਮ ਨੂੰ ਜਿਹਦੇ ਉੱਪਰ 1 ਕਰੋੜ ਰੁਪਏ ਦਾ ਕਰਜ਼ਾ ਸੀ ਉਹਨੂੰ 92% ਦਾ ਹੇਅਰ ਕੱਟ ਦੇ ਦਿੱਤਾ ਮਤਲਬ ਟੋਟਲ ਉਹਦੇ ਕਰਜ਼ੇ 'ਚੋਂ ਸਿਰਫ 8% ਜਿਹੜਾ ਹੈ ਉਹ ਨਿਲਾਮ ਹੋਏਗਾ ਬਾਕੀ 92% ਜਿਹੜਾ ਹੈ ਉਹਨੂੰ ਰਾਈਟ ਆਫ ਕਰਤਾ ਠੀਕ ਹੈ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਕਿ ਖੇਤੀ ਲਈ ਵੱਖਰਾ ਬਜਟ ਹੋਣਾ ਚਾਹੀਦਾ ਕਿ ਖੇਤੀ ਹੈ ਜਿਹੜੀ ਐਡਾ ਵੱਡੇ ਪੱਧਰ 'ਤੇ ਹਿੰਦੁਸਤਾਨ ਕਰਦਾ ਖੇਤੀ ਪ੍ਰਧਾਨ ਦੇਸ਼ ਜਿਸ ਨੂੰ ਕਿਹਾ ਜਾਂਦਾ ਖੇਤੀ ਪ੍ਰਧਾਨ ਸੂਬਾ ਅਸੀਂ ਪੰਜਾਬ ਨੂੰ ਕਹਿੰਦੇ ਹਾਂ ਉਹਦੇ ਲਈ ਖੇਤੀ ਨੀਤੀ ਹੀ ਨਹੀਂ ਹੈ ਕਿ ਖੇਤੀ ਲਈ ਕੋਈ ਵੱਖਰਾ ਬਜਟ ਨਹੀਂ ਹੈਗਾ ਬਹੁਤ ਸਾਰੇ ਸਵਾਲ ਹੈ ਕਿ ਕਿਸਾਨਾਂ ਨੂੰ ਦਰਕਿਨਾਰ ਕਿਉਂ ਕੀਤਾ ਜਾ ਰਿਹਾ ਬ੍ਰੇਕ ਤੋਂ ਵਾਪਸ ਆ ਰਿਹਾ ਕਿਸਾਨਾਂ ਦੇ ਹੱਲਾ ਬੋਲ ਨੇ 2019 ਦੀਆਂ ਚੋਣਾਂ ਲਈ ਕਿਹੜੀ ਜ਼ਮੀਨ ਤਿਆਰ ਕੀਤੀ ਆ ਡਾਕਟਰ ਜਵੰਤ ਸਿੰਘ ਜੀ ਕਿਸਾਨ ਮੰਗ ਕਰਦੇ ਆ ਕਿ ਸਾਡਾ ਗੰਨੇ ਦਾ ਭੁਗਤਾਨ ਜਿਹੜਾ ਨਾਲ ਦੀ ਨਾਲ ਹੋਵੇ ਸਵਾਲ ਇਹ ਮਹੱਤਵਪੂਰਨ ਹੈਗਾ ਉਹ ਇੱਕ ਪੈਨਸ਼ਨ ਬਾਰੇ ਗੱਲ ਕਰ ਰਹੇ ਆ ਇੱਕ ਬਿਜਲੀ ਬਾਰੇ ਗੱਲ ਕਰ ਰਹੇ ਮੈਂ 2 ਸਵਾਲ ਤੁਹਾਡੇ ਤੋਂ ਲੈਣੇ ਆ ਪੈਨਸ਼ਨ 60 ਸਾਲ ਦਾ ਹੋਣ 'ਤੇ ਕਿਸਾਨ ਨੂੰ ਪੈਨਸ਼ਨ ਦਿੱਤੀ ਜਾਵੇ ਅਤੇ ਇੱਕ ਬਿਜਲੀ ਆ ਜਿਹੜੀ ਜਿਵੇਂ ਬਾਕੀ ਸੂਬਿਆਂ ਵਿੱਚ ਹੈਗਾ ਉਵੇਂ UP ਵਿੱਚ ਵੀ ਕੀਤੀ ਜਾਵੇ ਜਾਂ ਹੋਰ ਸੂਬਿਆਂ ਵਿੱਚ ਵੀ ਕੀਤੀ ਜਾਵੇ ਇਹ ਬਿਜਲੀ ਵਾਲਾ ਤੁਸੀਂ ਪਹਿਲਾਂ ਵੀ ਥੋੜ੍ਹਾ ਜਿਹਾ ਹਿੰਟ ਦਿੱਤਾ ਸੀਗਾ ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦਿਉ ਇਹ ਚੀਜ਼ ਜਦੋਂ ਆਪਾਂ ਜਿਹੜੀ C2 ਦੇ ਤੌਰ 'ਤੇ ਸਵਾਮੀਨਾਥਨ ਕਮੇਟੀ ਦੇ MSP ਡਿਟਰਮਿਨ ਕਰਨ ਦੀ ਗੱਲ ਕਰਦੇ ਹਾਂ ਅਤੇ ਜਦੋਂ ਤੁਸੀਂ ਕੋਈ ਇੱਦਾਂ ਦੇ ਫੈਕਟਰ ਸਬਸਿਡੀ ਲੈ ਕੇ ਕੋਸਟ ਘਟਾਉਂਦੇ ਹੋ ਤਾਂ ਉਹਦੇ 50% ਦੇ ਤੌਰ 'ਤੇ ਜਿਹੜੇ MSP ਫਿਕਸ ਹੋਣੀ ਉਹ ਵੀ ਘੱਟ ਫਿਕਸ ਹੁੰਦੀ ਹੈ ਅਤੇ ਜਦੋਂ ਕੋਸਟ ਘਟਾ ਲਈ 50 ਰੁਪਏ ਘਟਾ ਲਈ ਤਾਂ ਉਹਦੇ ਨਾਲ 25 ਰੁਪਏ ਤੋਂ ਬਾਅਦ ਉਹਦਾ ਪ੍ਰੋਫਿਟ ਦਾ ਨੁਕਸਾਨ ਹੋ ਜਾਂਦਾ ਤਾਂ ਜਿਹੜੀ ਉਹਨਾਂ ਦੀ ਡਿਮਾਂਡ ਸਵਾਮੀਨਾਥਨ ਕਮੇਟੀ ਹੈ ਉਹਨਾਂ ਦੇ ਪੂਰੀ ਤਰ੍ਹਾਂ ਹੱਕ 'ਚ ਜਾਂਦੀ ਹੈ ਪਰ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸਵਾਮੀਨਾਥਨ ਕਮੇਟੀ ਡਾਕਟਰ ਜਗਵੰਤ ਸਿੰਘ ਜੀ ਕਿਸਾਨ ਜਦੋਂ ਕਹਿੰਦਾ ਤੁਸੀਂ CT ਫਾਰਮੂਲੇ C2 ਫਾਰਮੂਲੇ ਦੀ ਗੱਲ ਕਰਦੇ ਪਏ ਹੋ ਨਾ ਕਿਸਾਨ ਜਦੋਂ ਕਹਿੰਦਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਹ ਮੰਨਦੇ ਹੀ ਨਹੀਂ ਪਏਗੇ ਫਿਰ ਇਹੋ ਜਿਹੀਆਂ ਮੰਗਾਂ ਰੱਖਦੀ ਨੇ ਨਾ ਅੱਗੇ ਕਿਸਾਨ ਕੀ ਕਰੇ ਨਹੀਂ ਕਿਸਾਨ ਦੇ ਲਈ ਤਾਂ ਬੜੇ ਤਰੀਕੇ ਦੀ ਮੁਸ਼ਕਲ ਆਉਂਦੀ ਹੈ ਕਿਉਂਕਿ ਉਹ ਕਹਿ ਰਿਹਾ ਸਾਨੂੰ ਇਨਪੁਟ ਕੋਸਟ ਦੇ ਮੁਤਾਬਕ ਦੇਣ ਨਾ ਤਾਂ ਉਹਨੂੰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮਿਲਦੀ ਹੈ ਨਾ ਉਹਦੀ ਟਾਈਮ ਸਿਰ ਤੇ MSP ਦੇ ਰੇਟ ਤੇ ਪ੍ਰੋਕਿਓਰਮੈਂਟ ਹੁੰਦੀ ਹੈ ਜਿਹੜਾ ਹੁਣ ਅੱਜ ਦਿੱਲੀ ਮੁਜ਼ਾਰਾ ਸੀ ਇਹਦੇ ਵਿੱਚ ਇੱਕ ਉਹਨਾਂ ਦੀ ਡਿਮਾਂਡ ਇਹ ਸੀ ਵੀ ਜਿਹੜਾ ਕੋਈ ਵੀ ਪ੍ਰੋਕਿਓਰਮੈਂਟ MSP ਤੋਂ ਥੱਲੇ ਕੀਤੀ ਜਾਵੇ ਉਹਦੇ 'ਤੇ ਉਹਨੂੰ ਜੇਲ੍ਹ ਭੇਜਿਆ ਜਾਵੇ ਇਹ ਡਿਮਾਂਡ ਕਿਉਂ ਬਣੀ ਹੋਏਗੀ ਆਪਾਂ ਦੂਰ ਬੈਠੇ ਵੀ ਕਹਿ ਸਕਦੇ ਵੀ ਇਸ ਕਰਕੇ ਬਣੀ ਹੋਏਗੀ ਕਿ MSP ਦੇ ਰੇਟ 'ਤੇ ਜਦੋਂ ਸਰਕਾਰੀ ਏਜੰਸੀਆਂ ਪ੍ਰੋਕਿਓਰ ਕਰਨ ਲਈ ਟਾਈਮ ਸਿਰ ਐਂਟਰ ਨਹੀਂ ਕਰਦੀਆਂ ਅਤੇ ਦੂਸਰੇ ਜਿਹੜੇ ਪ੍ਰਾਈਵੇਟ ਪ੍ਰੋਕਿਓਰਮੈਂਟ ਦੇ ਕਹਿ ਲਓ ਕਿ ਆੜ੍ਹਤੀ ਜਾਂ ਦੂਜੇ ਪਰਚੇਜ਼ ਕਰਦੇ ਆ ਉਹ MSP ਤੋਂ ਕਿਤੇ ਘੱਟ ਕਰਦੇ ਆ ਔਰ ਇਹ ਲਗਾਤਾਰ ਸਾਰੀ ਸਟੇਟ ਹੋ ਰਿਹਾ ਉਹਦੇ ਕਰਕੇ ਉਹਨਾਂ ਨੂੰ ਇਹ ਨਜ਼ਰ ਆਉਂਦਾ ਕਿ ਸਰਕਾਰ ਐਂਟਰ ਨਹੀਂ ਆਪਣੇ ਪ੍ਰੋਕਿਓਰਮੈਂਟ ਸ਼ੁਰੂ ਨਹੀਂ ਕਰਦੀ ਲਾਲੇ ਨੂੰ ਸਾਨੂੰ ਘੱਟ ਤੇ ਵੇਚਣਾ ਪੈਂਦਾ MSP ਸਰਕਾਰ ਜਾਂਦੇ ਰਹਿ ਜਾਂਦੀ ਹੈ ਅਤੇ ਇਸ ਕਰਕੇ ਲਾਲੇ 'ਤੇ ਸ਼ਿਕੰਜਾ ਕਸੋ ਵੀ ਉਹ ਪ੍ਰੋਕਿਓ MSP ਤੋਂ ਥੱਲੇ ਖਰੀਦ ਨਾ ਸਕੇ ਉਹ ਡਿਮਾਂਡ ਆਪਣੇ ਸ਼ੋ ਕਰਦੀ ਹੈ ਕਿ ਐਗਰੀਕਲਚਰ ਪ੍ਰੋਕਿਓਰਮੈਂਟ ਦੇ ਵਿੱਚ ਆ ਕੇ ਜੋ ਦਿੱਤੀ ਹੋਈ MSP ਹੈ ਉਹ ਵੀ ਰੁਲ ਜਾਂਦੀ ਹੈ ਠੀਕ ਹੈ ਐਗਰੀਕਲਚਰ ਪ੍ਰੋਕਿਓਰਮੈਂਟ ਦੀ ਗੱਲ ਹੋ ਰਹੀ ਹੈ ਰਿੰਪਲ ਮਿੱਡਾ ਸਾਹਿਬ
ਝੋਨੇ ਦੀ ਖਰੀਦ ਚੱਲ ਰਹੀ ਹੈ ਪੰਜਾਬ ਦੇ ਵਿੱਚ, ਮੰਡੀਆਂ 'ਚ ਕਿਸਾਨ ਪਰੇਸ਼ਾਨ ਹੈ, ਉਹਨਾਂ ਨੂੰ ਖਰੀਦਦਾਰ ਨਹੀਂ ਮਿਲ ਰਹੇ, ਜਿਹੜੇ ਮਿਲਦੇ ਪਏ ਆ ਉਹ ਨਮੀ ਦੀ ਗੱਲ ਕਹਿ ਰਹੇ ਆ, ਝੋਨੇ ਦਾ ਰੰਗ ਬਦਲ ਗਿਆ, ਬਹੁਤ ਮੁਸ਼ਕਲਾਂ ਹੈਗੀਆਂ। ਤੁਹਾਨੂੰ ਵੀ ਪਤਾ ਮੀਂਹ ਇੰਨਾ ਪਿਆ ਹੈਗਾ, ਕਿਸਾਨਾਂ ਨੂੰ ਮੁਸ਼ਕਲਾਂ ਆਉਣਗੀਆਂ, ਇਹ ਚੀਜ਼ਾਂ ਗਾਈਡਲਾਈਨਸ ਜਾਰੀ ਕਰਨੀ ਚਾਹੀਦੀ ਨਾ ਤੁਹਾਨੂੰ। ਦੇਖੋ ਗੱਲ ਇਹ ਹੈ ਕਿ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਆ ਉਸ ਦਿਨ ਤੋਂ ਲੈ ਕੇ ਤੁਸੀਂ ਦੇਖੋ ਕਿ ਅਸੀਂ ਜਿਹੜਾ ਹੈ ਹਰ ਵੇਲੇ ਜਿਸ ਵੇਲੇ ਵੀ ਜਦੋਂ ਫਸਲ ਆਉਣ ਵੀ ਹੁੰਦੀ ਆ ਤਾਂ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਸਭ ਤੋਂ ਪਹਿਲਾਂ ਸੀ ਸੀ ਲਿਮਿਟ ਦੀ ਚਿੰਤਾ ਕਰਦੇ ਨੇ ਔਰ ਸੀ ਸੀ ਲਿਮਿਟ ਰਿਲੀਜ਼ ਕਰਾ ਕੇ ਤਾਂ ਕਿ ਜਿੰਨੇ ਵੀ ਕਿਸਾਨ ਨੇ ਉਹਨਾਂ ਦੀ ਸਮੇਂ ਸਿਰ ਜਿਹੜੀ ਆ ਉਹ ਪਰਚੇਜ਼ ਹੋ ਸਕੇ ਔਰ ਫਸਲ ਦੀ ਅਦਾਇਗੀ ਹੋ ਸਕੇ। ਜਿਹੜੀ ਤੁਸੀਂ ਇਸ ਜਿਹੜਾ ਤੁਸੀਂ ਝੋਨੇ ਦੀ ਇਸ ਗੱਲ ਨੂੰ ਕੋਟ ਕੀਤਾ, ਚਲੋ ਇਸ ਵੇਲੇ ਮੌਸਮ ਦੀ ਜਿਹੜੀ ਆ ਜ਼ਰੂਰ ਮਾਰ ਪਈ ਆ, ਪਰ ਫਿਰ ਵੀ ਮੁੱਖ ਮੰਤਰੀ ਸਾਹਿਬ ਚਿੰਤਿਤ ਰਹੇ ਔਰ ਉਹਨਾਂ ਨੇ ਗਰਦਾਰੀਆਂ ਦੇ ਤੁਰੰਤ ਹੁਕਮ ਦਿੱਤੇ ਜਿਹੜੇ ਵੀ ਕਿਸਾਨਾਂ ਦੀ ਕੋਈ ਖਰਾਬਾ ਹੋਇਆ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕੇਪੀ ਜੀ, ਅਸੀਂ ਸਰਕਾਰ ਵੱਲੋਂ ਲਿਖਤੀ ਵੀ ਔਰ ਮੁੱਖ ਮੰਤਰੀ ਸਾਹਿਬ ਆਪ ਵੀ ਪ੍ਰਧਾਨ ਮੰਤਰੀ ਜੀ ਨੂੰ, ਜੇਤਲੀ ਸਾਹਿਬ ਜਿਹੜੇ ਖਜ਼ਾਨਾ ਮੰਤਰੀ ਨੇ ਦੇਸ਼ ਦੇ, ਉਹਨਾਂ ਨੂੰ ਮਿਲ ਕੇ ਵਾਰ ਵਾਰ ਅਸੀਂ ਇਹੀ ਮੰਗ ਕੀਤੀ ਹੈ, ਇਹਨਾਂ ਦੀ ਨੀਅਤ ਕਿੱਥੋਂ ਸਾਨੂੰ ਪਤਾ ਲੱਗੀ? ਜਦੋਂ ਅਸੀਂ ਕਿਸਾਨੀ ਕਰਜ਼ੇ ਦੀ ਗੱਲ ਕੀਤੀ ਕਿ ਸਾਨੂੰ ਕਿਸਾਨੀ ਕਰਜ਼ੇ ਦੇ ਉੱਤੇ 10,000 ਕਰੋੜ ਦਾ ਜੇ ਲੋਨ ਦਿੱਤਾ ਜਾਵੇ ਤਾਂ ਵੇਵ ਕਰਨਾ ਚਾਹੁੰਦੇ ਹਾਂ, ਇਹਨਾਂ ਦੀ ਕੋਰੀ ਨਾ। ਜਦੋਂ ਅਸੀਂ FRBM ਦੇ ਜਿਹੜੀ ਹੱਦ ਹੈ ਉਸ 'ਚ ਛੋਟ ਮੰਗੀ ਤਾਂ ਇਹਨਾਂ ਦੀ ਕੋਰੀ ਨਾ, ਉੱਥੋਂ ਪਤਾ ਲੱਗਿਆ। ਜਦੋਂ ਤੁਸੀਂ ਦੇਖਿਆ ਸੀ ਦੇਸ਼ ਦੇ ਅੰਦਰ ਜਿਹੜਾ ਭੂਮੀ ਅਧਿਕਰਣ ਬਿੱਲ ਲੈ ਕੇ ਆਏ ਔਰ ਉਸ ਵੇਲੇ ਜਦੋਂ ਜਿਹੜਾ ਉਹ ਕਾਂਗਰਸ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਇਹ ਜਿਹੜਾ ਬਿੱਲ ਹੈ ਇਸ ਨੂੰ ਵਾਪਸ ਲਿਆ ਜਾਵੇ, ਉੱਥੋਂ ਵੀ ਇਹਨਾਂ ਦੀ ਨੀਤ ਸਾਫ਼ ਹੋਈ। ਇਹ ਕਿਸਾਨ ਦੇ ਬਿਲਕੁਲ ਵਿਰੋਧੀ ਜਿਹੜੀ ਸਰਕਾਰ ਰਹੀ ਹੈ ਮੋਦੀ ਸਰਕਾਰ ਔਰ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ, ਮੈਂ ਇੱਥੋਂ ਤੱਕ ਵੀ ਕਹਿਣਾ ਚਾਹਾਂਗਾ ਕਿ ਅਡਾਨੀ ਨੂੰ ਖੁਸ਼ ਕਰਨ ਦੇ ਲਈ ਇਹ ਕਿਸਾਨ ਦਾ ਗਲਾ ਘੁੱਟਣ ਨੂੰ ਵੀ ਤਿਆਰ ਨੇ। ਚਲੋ ਮੈਂ ਇਸ ਸਵਾਲ 'ਤੇ ਵੀ ਆ ਜਾਊਂਗਾ। 1.5 ਸਾਲਾਂ ਦੇ ਵਿੱਚ ਤੁਸੀਂ 31,000 CC ਵਾਲਾ ਜਿਹੜਾ ਰੋਲਾ ਪਾਇਆ ਸੀ ਉਹ ਸੋਰਟ ਆਊਟ ਕਰਾ ਲਿਆ? ਮੈਂ ਉਹੀ ਗੱਲ ਕਹਿ ਰਿਹਾ, ਇਹ ਵੀ ਮੈਂ ਗੱਲ ਭੁੱਲ ਗਿਆ, ਅਸੀਂ 31,000 ਕਰੋੜ ਦਾ ਜਿਹੜਾ ਉਹ CC ਲਿਮਿਟ ਵਾਲਾ ਗੈਪ ਇਹ ਤੇ ਇਹਨਾਂ ਦੇ ਭਾਈਵਾਲ ਪਾ ਕੇ ਗਏ। ਅਸੀਂ ਉਸ ਦੇ ਲਈ ਵੀ ਇੱਕ ਵਾਰ ਨਹੀਂ ਕਿੰਨੀ ਵਾਰ ਜਾ ਕੇ ਕਹਿ ਕਿ ਇਸ ਨੂੰ ਵੇਵ ਕੀਤਾ ਜਾਵੇ, ਕਿਉਂਕਿ ਜਿਹੜਾ ਇਸ ਦੇ ਵਿੱਚ ਸੂਬੇ ਦਾ ਕੋਈ ਕਸੂਰ ਨਹੀਂ ਹੈ ਔਰ ਇਹ ਜਿਹੜੀ, ਕਿਉਂਕਿ ਜਦੋਂ ਸਭ ਨੂੰ ਪਤਾ ਹੈ ਕਿ CC ਲਿਮਿਟ ਦੀ ਜਿਹੜੀ ਇੱਕ ਫਸਲ ਐਡਵਾਂਸ ਜਿਹੜੀ ਕਿ ਉੱਥੋਂ ਕੇਂਦਰ ਤੋਂ ਪੈਸੇ ਆਉਂਦੇ ਨੇ ਉਸ ਲਈ ਪਰਚੇਜ਼ ਕਰਕੇ ਦੇਣਾ ਹੁੰਦਾ, ਸੂਬੇ ਦਾ ਕੋਈ ਰੋਲ ਤਾਂ ਨਹੀਂ ਹੁੰਦਾ, ਉਸਦੀ ਕੋਈ ਇਨਵੈਸਟਮੈਂਟ ਨਹੀਂ ਹੁੰਦੀ, ਐਡਾ ਵੱਡਾ ਗੈਪ ਇਹ ਤੇ ਇਹਨਾਂ ਦੇ ਭਾਈਵਾਲ ਰਲ ਕੇ ਪਾ ਗਏ। ਅਸੀਂ ਇਸ ਦੇ ਲਈ ਵੀ ਬਿਲਕੁਲ ਪੱਤਰ ਨਿਰੰਤਰ ਲਿਖੇ ਨੇ ਕਿ ਇਹ ਤੁਰੰਤ ਮਾਫ਼ ਹੋਣਾ ਚਾਹੀਦਾ, ਇਸ ਦੇ ਵਿੱਚ ਸੂਬੇ ਦਾ ਕੋਈ ਕਸੂਰ ਨਹੀਂ ਹੈ। ਸੂਬੇ ਦਾ ਕੋਈ ਕਸੂਰ ਨਹੀਂ ਹੈ, ਜਸੇ ਸਿੰਘ ਤੇ ਕਸੂਰ ਕਿਸਾਨਾਂ ਦਾ, ਕਿਸਾਨ ਮੰਡੀ 'ਚ ਵੀ ਰੋਲਦਾ ਪਿਆ, ਕਿਸਾਨ ਕੁਦਰਤੀ ਕਰੋਪੀ ਨਾਲ ਰੋਲ ਰਿਹਾ, ਕਿਸਾਨ ਜੇ ਉੱਥੇ ਅੰਦੋਲਨ ਕਰਦਾ ਕਿਸਾਨ ਉੱਥੇ ਵੀ ਰੋਲ ਦਿੱਤਾ ਜਾਂਦਾ। ਦੇਖੋ ਕੱਲ੍ਹ ਰਾਤ ਤੱਕ ਦੀ ਜੋ ਰਿਪੋਰਟਾਂ ਹੈ, ਅਰਾਊਂਡ 1800 ਮੰਡੀਆਂ ਹੈਗੀਆਂ ਪੰਜਾਬ 'ਚ ਅਤੇ ਕਿਸੇ ਵੀ ਮੰਡੀ ਦੇ ਵਿੱਚ ਪ੍ਰੋਕਿਊਰਮੈਂਟ ਕੱਲ੍ਹ ਹੋਈ ਨਹੀਂ ਕਿਸੇ ਵੀ ਮੰਡੀ 'ਚ ਪੰਜਾਬ ਦੀ। ਸੋ ਇਹ ਬੜੀ ਜਿਹੜੀ ਪ੍ਰੋਬਲਮ ਹੈ ਨਾ, ਇਹ ਬਹੁਤ ਡੇਂਜਰਸ ਪ੍ਰੋਬਲਮ ਹੈ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਐਂਡ ਲੋਕਾਂ ਨੂੰ ਇਨਫੈਕਟ ਉਸ ਵੇਲੇ 1980 ਦੇ ਦਸ਼ਕ 70 ਦੇ ਦਸ਼ਕ 'ਚ ਫੋਰਸ ਕਰਕੇ, ਮਤਲਬ ਇੱਥੇ ਗ੍ਰੀਨ ਰੈਵੋਲਿਊਸ਼ਨ ਜਿਹੜਾ ਥੋਪਿਆ ਗਿਆ ਸੀਗਾ ਉਹਦੇ ਕਰਕੇ ਮੋਸਟਲੀ ਜਿਹੜਾ ਕੀਤਾ ਇਸ ਵੇਲੇ ਖੇਤੀ ਦੇ ਅੰਡਰ ਹੈ ਐਂਡ ਉਹ ਵੀ ਪੈਡੀ ਦੇ ਅੰਡਰ ਹੀ ਹੈ ਐਂਡ ਇਸ ਵੇਲੇ ਕਿਸਾਨ, ਤੁਸੀਂ ਦੇਖੋ ਅੱਜ ਵੀ ਇਹੀ ਰਿਪੋਰਟਾਂ ਆਈਆਂ, ਪਤਾ ਨਹੀਂ ਅੱਜ ਦੁਪਹਿਰ ਤੱਕ ਤਾਂ ਇਹੀ ਸੀਗਾ ਕਿ ਹਜੇ ਵੀ ਨਹੀਂ ਪ੍ਰੋਕਿਊਰਮੈਂਟ ਸਟਾਰਟ ਹੋਈ ਹੈ ਅਤੇ ਕਿਸਾਨ ਇਸ ਵੇਲੇ ਟੋਟਲੀ ਮੰਡੀ ਦੇ ਵਿੱਚ ਬੈਠਾ ਹੋਇਆ ਆਪਣਾ ਫੈਲਾ ਕੇ ਫਸਲ ਨੂੰ, ਕਿ ਵੀ ਇਹ ਜੇ ਥੋੜ੍ਹੀ ਜਿਹੀ ਹੋਰ ਸੁੱਕ ਜੇ ਜਾਂ ਮੋਇਸਚਰ ਕੰਟੈਂਟ ਦਾ ਘਟੇ ਤਾਂ ਫਿਰ ਇਹ FCI ਦੇ ਜਿਹੜੇ ਕੁਆਲਿਟੀ ਦੇ ਸਟੈਂਡਰਡਸ ਹੈ ਉਹਦੇ ਅੰਡਰ ਆਏਗੀ ਅਤੇ ਉਸ ਤੋਂ ਬਾਅਦ ਹੀ ਪ੍ਰੋਕਿਊਰਮੈਂਟ ਹੋ ਸਕੇਗੀ। ਪਰ ਗੱਲ ਇਹ ਹੈ ਨਾ ਕਿ ਵੀ ਹੁਣ ਰਿਲੈਕਸੇਸ਼ਨ ਮਿਲਣੀ ਚਾਹੀਦੀ ਹੈ। ਹਾਂ ਐਗਜੈਕਟਲੀ, ਯੈਸ ਉਹ ਯੂ ਆਰ ਰਾਈਟ, ਜਿਹੜੀ ਰਿਲੈਕਸੇਸ਼ਨ ਹੁੰਦੀ ਹੈ ਮੋਇਸਚਰ ਕੰਟੈਂਟ ਦੇ ਵਿੱਚ ਉਹ FCI ਦਿੰਦੀ ਹੈ, ਬਟ ਉਹਦੇ ਵਾਸਤੇ ਇਹਨਾਂ ਨੇ ਕੀ ਕੀਤਾ ਹਜੇ ਤੱਕ? ਕੋਈ ਲੈਟਰ ਇਹੋ ਜਿਹੀ ਕੋਈ ਲਿਖੀ ਹੈ ਕਿ ਵੀ ਹਾਂਜੀ ਲਿਮਿਟਾਂ ਹਦਾਇਤਾਂ ਦਿੱਤੀਆਂ ਤੁਸੀਂ ਕੋਈ? ਬਿਲਕੁਲ ਦੇਖੋ ਗੱਲ ਇਹ, ਕਿਉਂਕਿ ਤੁਹਾਨੂੰ ਪਤਾ ਇਹਨਾਂ ਨੇ ਸਵਾਲ ਵੀ ਆਪ ਕੀਤਾ, ਜਵਾਬ ਵੀ ਆਪ ਦਿੱਤਾ। ਮੰਤਰੀ ਸਾਹਿਬ ਆਪ ਇਹ ਗੱਲ ਕਹਿ ਰਹੇ ਸੀਗੇ, ਹਾਲਾਤ ਠੀਕ ਨਹੀਂ ਹੈਗੇ, ਘਰਾਂ ਵਿੱਚੋਂ ਨਾ ਬਾਹਰ ਨਿਕਲੋ, ਬਾਰਿਸ਼ ਨਹੀਂ ਹੋ ਰਹੀ ਸੀਗੀ, ਹੁਣ ਤੁਸੀਂ ਕਿਸਾਨ ਦੀ ਬਾਂਹ ਫੜੋ ਨਾ। ਬਿਲਕੁਲ, ਮੈਂ ਕਿਹਾ ਵੀ ਇਹਨਾਂ ਨੇ ਸਵਾਲ ਵੀ ਆਪ ਕੀਤਾ, ਜਵਾਬ ਵੀ ਖੁਦ ਹੀ ਦਿੱਤਾ ਹੈ ਕਿ ਕਿਸਾਨ ਉੱਥੇ ਜਿਹੜੀ ਫਸਲ ਦੀ ਖਰੀਦ ਦੀ ਜਿਹੜੀ ਗੱਲ ਕਰ ਰਹੇ ਨੇ ਸਿਰਫ ਅਤੇ ਮੋਇਸਚਰ ਵੱਧ ਹੋਣ ਕਰਕੇ, ਇਹ ਇੱਕ ਅੰਡਰਸਟੈਂਡਿੰਗ ਕਿਸਾਨ ਔਰ ਏਜੰਸੀ 'ਚ ਹੈ ਕਿ ਜੇਕਰ ਉਸਦਾ ਮੋਇਸਚਰ ਲੈਵਲ ਘੱਟ ਜਾਵੇ ਤਾਂ ਉਹ ਜਿਹੜਾ ਹੈ ਉਹ ਖਰੀਦ ਜਿਹੜੀ ਹੈ ਨਾਲ ਦੀ ਨਾਲ ਲਾਗੂ ਹੋ ਜਾਣੀ ਹੈ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੀ ਚੀਜ਼ ਹੈ ਇਹ ਜਿਹੜੀ ਕੇਂਦਰ ਦੇ ਨੋਟਿਸ 'ਚ ਲਿਆਉਂਦੀ ਹੈ, ਏਜੰਸੀਆਂ ਦੇ ਨੋਟਿਸ 'ਚ ਲਿਆਉਂਦੀ ਹੈ ਕਿ ਇਸ ਦੇ ਵਿੱਚ ਜਿਹੜੀ ਹੈ ਜਿਹੜਾ ਮੋਇਸਚਰ ਦਾ ਰਿਲੈਕਸੇਸ਼ਨ ਦਿੱਤੀ ਜਾਵੇ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਕੁਛ ਰਿਲੈਕਸੇਸ਼ਨ ਜ਼ਰੂਰ ਦਿੱਤੀ ਜਾਊ। ਨਹੀਂ ਪਰ ਮੀਨਵਾਈਲ ਕੁਛ ਦੇਖੋ ਜਿਹੜੀ ਸਿੰਪਲ ਹਜੇ ਜੋ ਸਟੇਟਮੈਂਟਸ ਆ ਰਹੀਆਂ ਫੂਡ ਪ੍ਰੋਕਿਊਰਮੈਂਟ ਏਜੰਸੀਜ਼ ਦੀਆਂ, ਪਹਿਲੀ ਗੱਲ ਤਾਂ ਪ੍ਰੋਕਿਊਰਮੈਂਟ ਏਜੰਸੀਜ਼ 3500-3500 ਕਰੋੜ ਦੇ ਕਰਜ਼ੇ 'ਚ ਫਸੀਆਂ ਹੋਈਆਂ, ਭਾਵੇਂ 5 ਸਾਲ ਭਾਵੇਂ ਵੇਅਰ ਹਾਊਸਿੰਗ ਭਾਵੇਂ ਜਿਹੜੀ ਮਰਜ਼ੀ ਹੈ,
ठीक है हुण उहदे ऑफिशियल जिहड़े ओह स्टेटमेंट इही दे रहे हैं कि भी किसान दे उपर ही सारा कुछ उन्होंने सिट्टा है कि जे ये मॉइस्चर कंटेंट घटेगा ठीक है तो ही पैडी जी है एफ सी आई पिक करेगी हूँ खुदा ना खासता कोई होर मीह पै जाए कुछ हो जाए ठीक है तो फिर तो किसान गया बिल्कुल ही हूँ इतने 31,000 करोड़ की मिड्डा साहब गल कर रहे मैं तो कह रहा इन्होंने पहले बजट के जोड़ा ये लैके आए थे वाइट पेपर लैके आए थे उस इन्होंने एक्चुअली उन्होंने स्कैम दिखाया पूरा पर मैं उही कहना ना कि उस स्कैम दे होया जे अकाली भाजपा की सरकार दे विच हुण तुसीं उहदा उहदा सियासी लाहा लई जांदे हो उहदे उपर एक्शन की लिया जिहड़े लोकां ने स्कैम कीता हां तां रे चिट्ठियां लिखी जांदे आ बिल्कुल ये जिहड़ा चिट्ठियां लिखदा पिया ना बिल्कुल ओह जिहड़ा घोटाला है ना सी ओह रिपल मीटर है घोटाला रिपल मीटर है घोटाला सी ओह देखो जी गल ए है सी ए दी रिपोर्ट है स्कूटर दे नंबर दित्ते गए बिल्कुल बिल्कुल गल ए है नंबर दित्ते गए है कि स्कूटर दे उपर प्रोक्योरमेंट हुई है ते तुसीं मैं कह रहे कि भी एक्शन क्यों नहीं ले रहे मालवन सिंह ये जवाब तो तुहाडे तों लेना पैंदा है नहीं नहीं देखो कि मिड्डा साहब ते अपने सीएम साहब नूं ही कॉन्ट्राडिक्ट कर गए सीएम साहब ने पिछले दिनों च इलैक्ट्रॉनिक मीडिया ते एक इंटरव्यू दिता बड़ा लंबा और उन्होंने स्पैशली ये मैंशन किया भी सेंटर सरकार खासकर मोदी साहब अरुण जेटली नितिन गडकरी और राजनाथ सिंह इन्हों ये मिनिस्ट्रियों का सानू कोऑपरेशन बहुत अच्छे तरीके ना ईवन देश सब तो वध मैनू मिल रहा ये शब्द भी उन्होंने वरते इस करके मिड्डा साहब तो अपने आप नू कॉन्ट्राडिक्ट करके दूजी 31,000 करोड़ वाली गल जाखड़ साहब उदों लीडर ऑफ अपोजिशन से उदों का मुद्दा उन्होंने चुकया आ हुण सरकार इन्हां दी आ जे उहदे च कोई किसी तरह का घपला हैगा कोई स्कैम है तो इनक्वायरी करके एक्शन लवे गल्लां बातां ना ना करो सीए दी रिपोर्ट च भी आ चुके मैं कह रहा हूं एक्शन तो नहीं मानते तुसीं मसला की है ना मनन ना मनन वाली गल नहीं एक्शन तो मैं ना पता की आ रिपोर्ट मेरा साहब एक्शन क्यों लंदे पे देखो फ्रेंड्स मैं एक मिनट मैं इन्हां नूं सारे जवाब नहीं दोस्ती तुहाडी इन्हां नाल कह रही है नहीं मैं यही कह रहा जिस तरह इन्हों का जो मैनीफेस्टो से नौकरी देने वाला किसान करजा माफ मोबाइल फोन चलो कार्ड खेडा और भी कुछ नहीं किया और भी जो है सरकारी वकील पेश नहीं हो जमानत लैके जो अक्यूज से पुलिस अफसर मेरा कहने का मतलब है भी तुम जो मैनीफेस्टो है उन्होंने तो ग्राउंड से काम करके विखाओ गवर्नेंस देने का काम जो है सरकार का होंगे ये कि चिर कही जाऊंगे भी 10 साल जिन्होंने पट्ठा बिठाता जे असी कोई कमी रही ते सानू लोकां ने बाहर दा रस्ता दिखाया इस करके रिंपल मिड्डा तुसी कह रहे सीगे भी सानू टाइम लगूगा पिछली सरकार ने कुछ नहीं कीता ये कह रहे हैं कि 70 सालां दे विच इन्ना कुछ हो गया ही रातों रात नहीं बदल सकते तुहानू तुहाडे दोनों कोल एक्सक्यूज़ हैगे आ एक्सक्यूज़ तुहाडे दोनों कोल हैगे बेचारे किसान कोले वजह नहीं हैगी किसान कोले वजह नहीं तुसी एक्सक्यूज़ ही दे रहे हो दोनों स्टेट गवर्नमेंट आधे साल दे रही एक्सक्यूज़ सेंटर गवर्नमेंट दे आधे साल एक्सक्यूज़ दे रहे हैं बिल्कुल असीं आपदे वादे ते भी स्टैंड करदे आ और दूजी गल मैं कह रहा रियलिटी च की कर रहे मैं दस रहा मैं ये दस रहा लॉ एंड ऑर्डर ते नशे मेरी गल सुन लो आप जी गल किसानी की कर रहे हैं असीं बिल्कुल उत्थे स्टैंड करदे आ सानू ये 18 महीनों का समा होया 10 साल बनाम 18 महीने और दूसरी गल है पंजाब की अर्थव्यवस्था 70 साल बनाम 4 साल कर लो2009 to 2014 1,20,000 करोड़ बेचारे किसान विरोध ही कर सकते हैं विरोध जो शांति न कर रहे थे विरोध भी नहीं करता जा रहा ब्रेक तो वापस आ रहे हैं आखिरी हिस्से में कुछ होर सवाल होंगे जरूर किसानों के हल्ला बोल ने 2019 की चोणों लिए कि जमीन तैयार की जगवंत सिंह जी मुद्दे बहुत सारे है एग्रीकल्चर 18 विभागों के महकमे वंडिया होया उनका एक नोडल बनाया जाए खेती बजट है जो लिया जाए ये किसानों की अज की मंग नहीं हैगी बहुत सालों तो मंग उठ रही हैगी उनके लिए कुछ हो सकता नहीं जे इतने जे आप ये गल कही कि भी एग्रीकल्चर बजट सैपरेट करने कोई हल हो जाएगा तो उस तरफ सरकार नहीं चलनगियाँ क्योंकि रेलवे बजट में भी उन्हें मेन बजट का पार्ट बना ठीक है जिहड़ा कि अपने बहुत बड़ा बजट से एग्रीकल्चर बजट मेन बजट के एग्रीकल्चर के इशू एड्रैस किए जा सकते हैं
ਉਹ ਡਿਮਾਂਡ ਦਾ ਮੈਨੂੰ ਲੱਗਦਾ ਕਿ ਕਿਸੇ ਨੇ ਸੁਝਾਅ ਦੇ ਦਿੱਤਾ ਗੱਲ ਗੱਲ ਨੂੰ ਕਹਿਤੀ ਉਹ ਉੱਦਾਂ ਜਿਹੜੀਆਂ ਮੰਨੀਆਂ ਗਈਆਂ ਮੰਗਾਂ ਉਹਦੇ ਵਿੱਚ ਹੋ ਸਕਦਾ ਇਹ ਵੀ ਹੋਵੇ ਵੀ ਅਸੀਂ ਐਗਰੀਕਲਚਰ ਬਜਟ ਸੈਪਰੇਟ ਪੇਸ਼ ਕਰ ਦੇਵਾਂਗੇ ਜੇ ਤਾਂ ਕਿਸਾਨ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਜਿਹੜੇ ਕਿਸਾਨ ਦੇ ਮੁੱਦੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਉਹਦੇ ਬਾਰੇ ਸਰਕਾਰਾਂ ਨੂੰ ਸੀਰੀਅਸ ਹੋਣ ਦੀ ਲੋੜ ਹੈ ਜੇ ਆਪਾਂ ਪਿਛੋਕੜ 'ਚ ਜਾ ਕੇ ਦੇਖੀਏ ਤਾਂ ਜਿੰਨੀਆਂ ਵੀ ਐਗਰੀਕਲਚਰ ਇਕੋਨਮਿਸ ਚਾਹੇ ਉਹ ਜੌਲ ਐਸ ਐਸ ਜੌਲ ਦਾ ਕਿਤੇ ਸੁਜੈਸ਼ਨ ਹੋਣ ਚਾਹੇ ਉਹ ਪ੍ਰੋਫੈਸਰ ਢਿੱਲੋਂ ਦੇ ਹੋਣ ਜਾਂ ਉਹ ਸਵਾਮੀਨਾਥਨ ਰਿਪੋਰਟ ਹੋਏ ਉਹਨਾਂ 'ਚੋਂ ਕਿਸੇ ਵੀ ਸਰਕਾਰ ਨੇ ਉਹਨਾਂ 'ਤੇ ਸੰਜੀਦਾ ਹੋ ਕੇ ਕੰਮ ਨਹੀਂ ਕੀਤਾ ਕਿਉਂਕਿ ਜਦੋਂ ਆਪਣੇ ਫਿਸਕਲ ਮੈਨੇਜਮੈਂਟ ਵੱਲੋਂ ਜਾਂਦੇ ਆ ਤਾਂ ਉਹਨਾਂ ਨੂੰ ਸ਼ਾਇਦ ਇੱਕੋ ਹੀ ਹੱਲ ਨਜ਼ਰ ਆਉਂਦਾ ਵੀ ਸਭ ਤੋਂ ਬੜਾ ਜਿਹੜਾ ਖਿੱਤਾ ਆ ਇਹਨੂੰ ਘੱਟ ਦੇ ਕੇ ਹੀ ਅਸੀਂ ਸਰਕਾਰਾਂ ਚਲਾ ਸਕਦੇ ਹਾਂ ਤੁਸੀਂ ਗੱਲ ਕਹੀ ਹੈ ਕਿ ਵੱਖਰੇ ਬਜਟ ਨਾਲ ਨਹੀਂ ਮਸਲੇ ਹੱਲ ਹੋਣਾ ਵਿਲ ਪਾਵਰ ਚਾਹੀਦੀ ਹੈ ਸਵਾਲ ਬੜਾ ਮਹੱਤਵਪੂਰਨ ਹੈ ਕਿ ਵੱਖਰਾ ਇਜਲਾਸ ਹੋਣਾ ਚਾਹੀਦਾ ਸੰਸਦ ਦਾ ਪਾਰਲੀਮੈਂਟ ਦਾ ਖੇਤੀਬਾੜੀ ਤੇ ਸਪੈਸ਼ਲੀ ਜਿਹੜਾ ਇਜਲਾਸ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਦਿਨ ਚੰਗੇ ਫਿਕਸ ਕਰਕੇ ਦੋ ਦਿਨ ਜਦੋਂ ਇੱਕ ਮੁੱਦੇ 'ਤੇ ਡਿਸਕਸ਼ਨ ਕਰ ਲੈਂਦੇ ਤਿੰਨ ਦਿਨ ਦੀ ਡਿਸਕਸ਼ਨ ਰੱਖ ਲੈਂਦੇ ਹਾਂ ਤਾਂ ਉਸ ਇਜਲਾਸ ਦੇ ਵਿੱਚ ਹਿੱਸਾ ਹੁੰਦਾ ਸਿਰਫ ਕਿਸੇ ਏਜੰਡੇ ਦੀ ਆਈਟਮ ਨੂੰ ਟਾਈਮ ਦੇਣ ਦੀ ਜ਼ਰੂਰਤ ਹੁੰਦੀ ਹੈ ਵੀ ਅਸੀਂ ਇਹਨੂੰ ਕਿੰਨਾ ਟਾਈਮ ਦੇਣਾ ਅਤੇ ਜੇ ਉਹ ਕਹਿ ਰਹੇ ਨੇ ਵੀ ਤਿੰਨ ਦਿਨ ਸਾਡੇ ਮੁੱਦਿਆਂ 'ਤੇ ਹੀ ਡਿਸਕਸ ਕਰੋ ਤਾਂ ਇਹ ਹੈ ਕਿ ਉਹ ਉਹਨਾਂ ਨੂੰ ਲੱਗਦਾ ਕਿ ਕ੍ਰਾਈਸਿਸ ਬਹੁਤ ਵੱਡਾ ਜੇ ਸਾਰਾ ਤਿੰਨ ਦਿਨ ਡਿਸਕਸ ਕਰਨ ਸ਼ਾਇਦ ਸਾਡਾ ਕੋਈ ਹੱਲ ਨਿਕਲਿਆ ਵੀ ਇਹ 'ਚੋਂ ਉਮੀਦ ਕਰਕੇ ਚੱਲਦੇ ਨੇ ਪਰ ਇੱਦਾਂ ਦੀਆਂ ਉਮੀਦਾਂ ਜਿਨ੍ਹਾਂ ਨੇ ਵੀ ਕੀਤੀਆਂ ਉਹਨਾਂ ਨੂੰ ਹਜੇ ਤੱਕ ਤਾਂ ਮੈਨੂੰ ਕਿਸੇ ਵੀ ਸਰਕਾਰ ਤੋਂ ਬਹੁਤਾ ਕੁਛ ਮਿਲਦਾ ਨਜ਼ਰ ਨਹੀਂ ਆਇਆ ਰਿੰਪਲ ਬਿੱਡਾ ਹੁਣ ਸਲਿਊਸ਼ਨ ਕਿੱਥੇ ਦੇਖਦਾ ਪਿਆ ਕਿਉਂਕਿ ਰਾਜ ਭਾਗ ਤੁਸੀਂ ਸਾਰਿਆਂ ਨੇ ਬੜੀ ਲੰਬਾ ਸਮਾਂ ਕਰ ਲਿਆ ਹੈ ਕਿਸਾਨ ਲਗਾਤਾਰ ਮਰਦਾ ਪਿਆ ਕਿਸਾਨ ਖੁਦਕੁਸ਼ੀਆਂ ਕਰ ਜਾਂਦਾ ਹੈ ਔਰ ਇਸ ਦੇ ਲਈ ਜਿਹੜੀ ਹੈ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਜਿਹੜੀ ਕਿਸਾਨ ਨੀਤੀ ਹੈ ਉਸਦੇ ਉੱਤੇ ਕੰਮ ਕਰਨਾ ਹੋਰ ਬਣਦਾ ਹੈ ਔਰ ਇਸ ਦੇ ਲਈ ਜਿੰਨੀਆਂ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਸ ਤਰੀਕੇ ਨਾਲ ਸੀਰੀਅਸ ਹੈ ਇਸੇ ਤਰੀਕੇ ਨਾਲ ਚਾਹੇ ਦੇਸ਼ ਦੇ ਵਿੱਚ ਕੋਈ ਸਾਡੀ ਪਾਰਟੀ ਦੀ ਸਰਕਾਰ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਸਰਕਾਰ ਹੋਵੇ ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਲਾਵਾਂ ਨੂੰ ਬਹੁਤ ਨੇੜਿਓਂ ਤੱਕਣ ਦੀ ਲੋੜ ਹੈ ਔਰ ਸੁਲਝਾਉਣ ਦੀ ਲੋੜ ਹੈ ਤਾਂ ਹੀ ਜਿਹੜਾ ਸਾਡਾ ਦੇਸ਼ ਔਰ ਦੇਸ਼ ਦੀ ਜਿਹੜੀ ਆ ਅਰਥ ਵਿਵਸਥਾ ਔਰ ਦੇਸ਼ ਦੇ ਨਾਲ ਬਾਕੀ ਜੁੜਿਆ ਵਪਾਰ ਜਿਹੜਾ ਕਿਸਾਨੀ ਨਾਲ ਜੁੜਿਆ ਹੁੰਦਾ ਉਹ ਸਾਰੇ ਦਾ ਸਾਰਾ ਤਾਂ ਹੀ ਅੱਗੇ ਵੱਧ ਸਕਦਾ ਇਹ ਇੱਕ ਮੈਂ ਫਿਰ ਕਹਿ ਰਿਹਾ ਵੀ ਬਹੁਤ ਗੰਭੀਰਤਾ ਨਾਲ ਲੈਣ ਵਾਲਾ ਵਿਸ਼ਾ ਹੈ ਜਸਤੇ ਸਿੰਘ ਸਰਕਾਰਾਂ ਕਹਿੰਦੀਆਂ ਗੰਭੀਰਤਾ ਸੀ ਹੈਗੀਆਂ ਪਰ ਕਿੱਥੇ ਕਮੀ ਕਿੱਥੇ ਆ ਜਾਂਦੀ ਹੈ ਨੀਤ ਦੀ ਕਮੀ ਹੈ ਜਾਂ ਸਾਡੇ ਕੋਲ ਪੈਸੇ ਹੀ ਹੈ ਨਹੀਂ ਗੇ ਇੱਕ ਮੈਂ ਵੈਸੇ ਤੁਸੀਂ ਸੈਪਰੇਟ ਇਜਲਾਸ ਦੀ ਗੱਲ ਕੀਤੀ ਸੀ ਨਾ ਸੈਸ਼ਨ ਦੀ ਮਤਲਬ ਭਾਵੇਂ ਮੈਂ ਇਹਨੂੰ ਮੇਰਾ ਤੁਸੀਂ ਪਰਸਨਲ ਓਪੀਨੀਅਨ ਲੈ ਲਓ ਜਾਂ ਭਾਵੇਂ ਮਤਲਬ ਤੁਸੀਂ ਪਾਰਟੀ ਵੱਲੋਂ ਲੈ ਲਓ ਕਿ ਸੈਪਰੇਟ ਇਜਲਾਸ ਨੂੰ ਮੈਂ ਨਾ ਕਾਫੀ ਇੰਪੋਰਟੈਂਸ ਦਿੰਦਾ ਟ੍ਰਾਂਸਪੇਰੈਂਸੀ ਵਾਸਤੇ ਨਾ ਬਹੁਤ ਅੱਛੀ ਚੀਜ਼ ਹੁੰਦੀ ਹੈ ਜੇ ਤੁਸੀਂ ਇੱਕ ਸੈਪਰੇਟ ਸੈਸ਼ਨ ਰੱਖਦੇ ਹੋ ਤਾਂ ਤੁਸੀਂ ਜਿਹੜੇ ਸਵਾਲ ਭੇਜਦੇ ਹੋ ਨਾ ਸਪੈਸੀਫਿਕ ਡਿਪਾਰਟਮੈਂਟਸ ਨੂੰ ਸਰਕਾਰਾਂ ਨੂੰ ਸਰਕਾਰ ਉੱਥੇ ਬਾਉਂਡ ਹੁੰਦੀ ਹੈ ਲੀਗਲੀ ਕਿ ਵੀ ਉਹਦਾ ਲੀਗਲੀ ਕਿ ਮੋਰਲੀ ਕਿ ਉਹਦਾ ਤੁਸੀਂ ਸਹੀ ਜਵਾਬ ਦੇਣਾ ਹੈ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਸਰਕਾਰ ਨੇ ਹਜੇ ਤੱਕ ਅਸਲ 'ਚ ਐਕਚੁਅਲੀ ਸਟੈਪਸ ਕਿਹੜੇ ਲਏ ਤੁਸੀਂ ਕਹਿਣਾ ਚਾਹੋਗੇ ਵਿਧਾਨ ਸਭਾ 'ਚ ਵੀ ਸਪੈਸ਼ਲ ਸੈਸ਼ਨ ਹੋਣਾ ਚਾਹੀਦਾ ਹੈ ਤੇ ਪਾਰਲੀਮੈਂਟ ਵਿੱਚ ਹੁਣ ਮਤਲਬ ਜਿਹੜੇ ਕ੍ਰਿਟੀਕਲ ਚੀਜ਼ਾਂ ਨੇ ਜਿਵੇਂ ਅਸਲ ਕਿਸਾਨੀ ਮੁੱਦਾ ਬਹੁਤ ਕ੍ਰਿਟੀਕਲ ਹੈ ਤੇ ਜੇ ਸੈਪਰੇਟ ਸੈਸ਼ਨ ਹੋਏਗਾ ਜੋ ਅਸੀਂ ਸਵਾਲ ਭੇਜਾਂਗੇ ਨਾ ਸਰਕਾਰ ਨੂੰ ਕਾਂਗਰਸ ਦੀ ਗਵਰਨਮੈਂਟ ਨੂੰ ਇਸ ਵੇਲੇ ਇਹ ਉਹਦੇ ਸਪੈਸੀਫਿਕ ਜਵਾਬ ਦੇਣ ਨੂੰ ਬਾਉਂਡ ਨੇ ਜੇ ਸਪੈਸੀਫਿਕ ਨਹੀਂ ਦੇਣਗੇ ਤੇ ਉਹ ਲੋਕਾਂ ਦੇ ਸਾਹਮਣੇ ਆਏਗਾ ਵੀ ਇਹ ਵਾਕਿਆ 'ਚ ਕੋਈ ਕੰਮ ਕਰ ਰਹੇ ਕਿ ਨਹੀਂ ਕਰ ਰਹੇ ਇਹ ਤਾਂ ਹੋ ਗਈ ਸੈਪਰੇਟ ਸੈਸ਼ਨ ਤੱਕ ਦੀ ਗੱਲ ਦੇਖੋ ਦੂਜੀ ਗੱਲ ਕਿਸਾਨੀ ਨੂੰ ਇਸ ਵੇਲੇ ਲਾਮਬੰਦ ਹੋਣਾ ਬਹੁਤ ਜ਼ਰੂਰੀ ਹੈ ਇੱਕ ਤਾਂ ਮਤਲਬ ਇੰਨੀਆਂ ਯੂਨੀਅਨਸ ਬਣ ਜਾਂਦੀ ਹੈ ਇੱਕ ਯੂਨੀਅਨ ਵੱਡੀ ਹੁੰਦੀ ਹੈ ਉਹਦੇ 'ਚ ਦੂਜੀ ਨਿਕਲ ਜਾਂਦੀ ਹੈ ਉਹ ਵੱਡੀ ਹੁੰਦੀ ਹੈ ਉਹਦੇ ਤੀਜੀ ਨਿਕਲ ਜਾਂਦੀ ਹੈ ਇਹਨਾਂ ਦਾ ਜਦ ਤੱਕ ਲਾਮਬੰਦ ਨਹੀਂ ਹੋਏ ਹੋਣਗੇ ਤਦ ਤੱਕ ਮਤਲਬ ਸਰਕਾਰਾਂ ਨੂੰ ਇਹਨਾਂ ਦੀ ਪ੍ਰੈਜੈਂਸ ਦੀ ਫੀਲ ਮਹਿਸੂਸ ਨਹੀਂ ਹੋਏਗੀ ਅੱਜ ਮਹਿਸੂਸ ਹੋ ਗਿਆ ਸਰਕਾਰ ਨੂੰ ਕੁਛ ਨਹੀਂ ਮੈਂ ਤਾਂ ਕਹਿ ਰਿਹਾ ਅੱਜ ਤਾਂ ਹੋਇਆ ਪਰ ਮਤਲਬ ਅੱਜ ਬਹੁਤ ਅਫਸੋਸਜਨਕ ਤਰੀਕੇ ਨਾਲ ਹੋਇਆ ਬਈ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਅੱਜ ਮਹਾਤਮਾ ਗਾਂਧੀ ਦਾ ਤੇ ਅੱਜ ਉਹ ਹੈ ਜਨਮ ਦਿਹਾੜਾ ਹੈ ਤੇ ਇਹਦੇ ਉੱਪਰ ਮਤਲਬ ਉਹ ਹੀ ਵਾਸ ਨੋਨ ਐਜ਼ ਅ ਨੋਨ ਵਾਇਲੈਂਟ ਪਰਸਨ ਨੋਨ ਵਾਇਲੈਂਟ ਪਰਸਨ ਦੇ ਸਮੇਂ 'ਚ ਜਿਹੜਾ ਕਿਸਾਨੀ ਅੰਦੋਲਨ ਕਰਨ ਵਾਲਾ ਆਗੂ ਹੁੰਦਾ ਸੀ ਉਸ ਨੂੰ ਚੇਅਰਮੈਨ ਹੀ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਤਾਂ ਕਿ ਉਹ ਅੰਦੋਲਨ ਦਾ ਰਾਹ ਹੀ ਨਾ ਲੱਭ ਸਕੇ ਠੀਕ ਹੈ ਰਿੰਪਲ ਮੇਡਾ ਉਹ ਸਵਾਲ ਵੀ ਤੁਹਾਡਾ ਜਾਇਜ਼ ਹੈਗਾ ਪਰ ਤੁਸੀਂ ਤੇ ਚੀਮਾ ਮੰਡੀ ਰੋਕ ਲੈਣੇ ਕਿਸਾਨਾਂ ਨੂੰ ਉਹ ਤਾਂ ਦਿੱਲੀ ਚੱਲੇ ਸੀ ਨਹੀਂ 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 ਤੁਸੀਂ ਆਪਦੀ ਵੀ ਗੱਲ ਕਰਿਆ ਕਰੋ ਨਾ ਆ ਤਾਂ ਲਾ ਲਿਆ ਨੇ ਤੁਸੀਂ ਦੇਖੋ ਇੱਕ ਜੁਦੇ ਜਾਨ ਲਾ ਦੇ ਮੈਂ ਇੱਕ ਮਿੰਟ ਲਾਉਨੇ ਤੁਸੀਂ ਇੱਕ ਮਿੰਟ ਇੱਕ ਦਾਵੇ ਨਾਲ ਕਹਿ ਸਕਦਾ ਇੱਕ ਮਿੰਟ ਕਿਸਾਨੀ ਦੇ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਸੰਜੀਦਾ ਕੋਈ ਵੀ ਆਗੂ ਪੰਜਾਬ ਦੇ ਵਿੱਚ ਨਹੀਂ ਹੈਗਾ ਮੈਂ ਦਾਵੇ ਨਾਲ ਮੈਂ ਦਾਵੇ ਨਾਲ ਕਹਿ ਸਕਦਾ ਜੈਸੇ ਸਿੰਘ ਕੀ ਕਰ ਰਿਹਾ ਇੱਕ ਮਿੰਟ ਜੇ ਇੱਕ ਮਿੰਟ ਹੈ ਤਾਂ ਹਾਂ ਫਟਾਫਟ ਦੇਖੋ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਇਹਦੇ 'ਚ ਕੋਈ ਡਾਊਟ ਨਹੀਂ ਇਹ ਇੱਥੇ ਕਿਸਾਨ ਦਾ ਰਹਿਣ ਦਾ ਤਰੀਕਾ ਸੀਗਾ ਅੱਜ ਵੀ ਹੈ ਮਤਲਬ ਲੋਕਾਂ ਦਾ ਰਹਿਣ ਦਾ ਤਰੀਕਾ ਖੇਤੀ ਉਹ ਜਦ ਤੱਕ ਸਿਰਫ ਰਹਿਣ ਉਦੋਂ ਭਾਵੇਂ ਲਾਹੇਵੰਦ ਨਹੀਂ ਵੀ ਹੁੰਦੀ ਸੀ ਖੇਤੀ ਠੀਕ ਹੈ ਰਹਿਣ ਦਾ ਢੰਗ ਹੁੰਦਾ ਸੀਗਾ
पर उदो एजुकेशन की जी इंपोर्टेंस सी इन्नी ज़्यादा नहीं सी, हैल्थ की इंपोर्टेंस इन्नी ज़्यादा नहीं सी, क्योंकि स्टेट का जो स्ट्रक्चर एजुकेशन देन का तो हैल्थ देन का ठीक ठीक सीगा। हुण अज की डेट के सरकारी स्कूल थोड़े खराब, सरकारी हस्पताल थोड़े खराब, किसान नूं मजबूरी च प्राइवेटाइजेशन जाना पैंदा। एक एक स्कूल जे तुसी चंगे स्कूल जा रहे हो एक एक स्कूल दी फीस दस रहे हो 5-5 हज़ार है फीस, ठीक है, एंड ओ किसान बेचारा की करे जे ओ लाहेवंद नहीं होएगी ओदी खेती, यानी कि एजुकेशन हेल्थ वे साडा बुरा हाल हो गया, ओ बच्चे नूं पढ़ा नहीं सकदा, ओ हेल्थ वास्ते कुछ कर नहीं सकदा। यार तुसी, मैं कहना एमएसपी नहीं वधाना, ना वधाओ तुसी स्कूल, मतलब जदो वधाना ओ वधा दिओ नो डाउट, पर तद तक तुसी स्कूल ते हेल्थ दे उपर ते कोई काम कर लो। मुद्दा बड़ा क्लीयर हैगा कि जिहड़े बुनियादी सहूलतां हैगियां किसान नूं देणियां हैगियां, उहदे बच्चियां तक पहुंचणियां, कल्ले किसान नूं असीं ना देखी, उहदे नाल जुड़िया परिवार वी सानूं देखणा पऊगा, उहदा पूरा कुलबा देखणा पऊगा, उहदे नाल जिहड़ियां समस्यावां हैगियां हेल्थ एजुकेशन उस सिस्टम सुधारा जा सकता है। जे स्वामीनाथन कमीशन दी रिपोर्ट तो डर लगता पैसा नहीं, नहीं, स्वामीनाथन कमीशन दी रिपोर्ट तो ना पना डिटेल जाइए, और कुछ कीता भी है सरकार ने, काम बहुत कुछ करने वाला। एक गल बड़ी स्पष्ट है केपी जी, पहला लोग चाहे बेवकूफ बनते रहे होंगे, किसानों नूं इग्नोर करके कोई भी पार्टी हुण सत्ता च नहीं आ सकती, जे सानू मंडेट मिलिया है ते किसानां दा बड़ा वड्डा रोल है। किसान नाल दी गल बड़ी संजीदगी नाल रखनी चाहीदी है, जे हुण किसान इग्नोर होणगे ते लोकां ने वोटां नाल उहनां नूं बाहर दा रस्ता दिखा देना। एक गल, किसान जथेबंदियां लीडरां दीआं गोदियां च ना बहिण, उह वी तगड़े हो के ਉਹ ਕਿਸਾਨਾਂ ਦੇ ਮੁੱਦਿਆਂ ਤੇ ਲੜਾਈ ਲੜਦੇ। ਤੁਸੀਂ ਗਲਤੀਆਂ ਕੀਤੀਆਂ, ਤੁਸੀਂ ਗਲਤੀਆਂ ਕੀਤੀਆਂ, ਪੰਜਾਬ ਦੀ ਸਰਕਾਰ ਡੇਢ ਦਿਨ ਦਾ ਸ਼ੇਮਾ, ਤੁਸੀਂ ਗਲਤੀਆਂ ਕੀਤੀਆਂ ਉਹਨਾਂ ਨੂੰ ਗੋਦੀਆਂ 'ਚ ਬਿਠਾ ਕੇ। ਮੈਂ ਕਹਿੰਦਾ ਸਾਰੀਆਂ ਪਾਰਟੀਆਂ ਕਰਦੇ ਪਏ, ਐਡਮਿਟ ਕਰਦੇ ਪਏ ਇਮਾਨਦਾਰ ਨਾਲ। ਮੈਂ ਹੋਰ ਕਿਸ ਲੋਕ ਵੀ ਕਿਸਾਨ ਲੀਡਰ, ਕਿਸਾਨ ਲੀਡਰ ਉਹ ਜਿਹਨੇ ਵਾਰੀ ਬੰਨ ਕੇ ਪਾਣੀ ਲਾਇਆ ਹੋਵੇ, ਜਿਹੜਾ ਵੱਟਾਂ ਤੇ ਗਿਆ ਹੋਵੇ, ਜਿਹਨੇ ਮਰੱਬੇ ਵੇਖੇ ਨਹੀਂ ਆ, ਉਹ ਨਹੀਂ ਐਕਚੁਅਲ ਕਿਸਾਨ ਲੀਡਰਾਂ ਨੂੰ ਵੀ ਨੁਮਾਇੰਦਗੀ ਦੇਣ, ਚਾਹੇ ਕਿਸੇ ਵੀ ਪਾਰਟੀ 'ਚ ਹੈ, ਤਾਂ ਕਿ ਉਹ ਪਾਰਲੀਮੈਂਟ 'ਚ ਕਿਸਾਨ ਦੀ ਜ਼ਮੀਨ ਤੇ ਕੀ ਸਥਿਤੀ ਉਹਦੀ ਗੱਲ ਰੱਖ ਸਕਣ, ਗਰਾਊਂਡ ਰਿਐਲਿਟੀ ਨੂੰ ਪਤਾ ਹੋਵੇ। ਡਾਕਟਰ ਜਗਵੰਤ ਸਿੰਘ, ਆਖਰੀ ਮਿੰਟ ਤੁਹਾਡੇ ਚਾਹੀਦੇ ਆ, ਇੱਕ 2019 ਲਈ ਕਿਹੜੀ ਜਿਹੜੀ ਜ਼ਮੀਨ ਆ ਸਿਆਸਤ ਇਹਨਾਂ ਨੇ ਕਿਸਾਨਾਂ ਨੇ ਤਿਆਰ ਕਰਤੀ? ਇੱਕ ਮਾਲਕ ਸਿੰਘ ਕੰਗ ਵਾਰ ਵਾਰ ਗੱਲ ਕਰ ਰਿਹਾ ਕਿ ਕਿਸਾਨ ਲੀਡਰ ਆ ਸਾਡੇ ਪਾਰਲੀਮੈਂਟ ਵਿੱਚ ਬੈਠਣੇ ਚਾਹੀਦੇ ਆ, ਕਿਸਾਨ ਲੀਡਰ ਹੁਣ ਘੱਟ ਗਿਆ ਜਾਂ ਹੈ ਨਹੀਂ? ਅਰੇ ਕਿਸਾਨ ਲੀਡਰ ਜਿੱਦੇ ਜਿਸ ਕੱਦ ਦੇ ਪਹਿਲਾਂ ਕਿਸਾਨ ਲੀਡਰ ਸੀਗੇ, ਉਸ ਤਰੀਕੇ ਦੇ ਵੱਡਾ ਕੋਈ ਕੱਦ ਵਾਲਾ ਕਿਸਾਨ ਲੀਡਰ ਹਜੇ ਨਜ਼ਰ ਨਹੀਂ ਆਉਂਦਾ। ਇਹ ਗੱਲ ਇਹਨਾਂ ਦੀ ਸਾਰਿਆਂ ਦੀ ਗਲਤ ਠੀਕ ਹੈ ਕਿ ਕਿਸੇ ਮੌਕੇ ਜਦੋਂ ਚੌਧਰੀ ਚਰਨ ਸਿੰਘ ਦੇ ਨਾਂ 'ਤੇ ਹੀ ਕਿਸਾਨ ਇਕੱਠੇ ਹੁੰਦੇ ਸੀ, ਦੇਵੀ ਦਲ ਦਾ ਇੱਕ ਆਪਣਾ ਕਿਸਾਨਾਂ ਦੇ ਲੀਡਰ ਦੇ ਤੌਰ 'ਤੇ ਕੰਮ ਸੀ ਉਸ ਤਰੀਕੇ, ਕਿਉਂਕਿ ਉਹਨਾਂ ਨੂੰ ਬਿਲਕੁਲ ਗਰਾਊਂਡ ਰਿਐਲਿਟੀ ਦਾ ਪੂਰੀ ਤਰ੍ਹਾਂ ਪਤਾ ਸੀ ਔਰ ਉਹ ਮੁੱਦੇ ਨੂੰ ਸਹੀ ਤਰੀਕੇ ਨਾਲ ਰੱਖ ਵੀ ਸਕਦੇ ਸੀ। ਕਿਸਾਨਾਂ ਦੇ ਵਿੱਚੋਂ ਲੀਡਰਸ਼ਿਪ ਪੂਰਾ ਨਿਕਲ ਕੇ ਆਵੇ ਤਾਂ ਮੈਂ ਸਮਝਦਾ ਕਿ ਭਾਰਤ ਦੀ ਜਿਹੜੀ ਇਸ ਮੌਕੇ ਲੋਕ ਸਭਾ ਆ, ਇਹ 'ਚ ਬਹੁਤ ਸਾਰੇ MP ਹੋਣਗੇ ਜਿਹੜੇ ਆਪ ਕਿਸਾਨੀ ਦੇ ਵਿੱਚੋਂ ਆਏ ਨੇ। ਉਸ ਤੋਂ ਬਾਅਦ ਆ ਕੇ ਨੁਮਾਇੰਦਗੀ ਕਿਸ ਤਰੀਕੇ ਦੀ ਕਰਦੇ ਆ, ਉਹ ਮੁੱਦਿਆਂ ਨੂੰ ਕਿੱਦਾਂ ਦਾ ਚੁੱਕਦੇ ਆ, ਉਹਦੇ ਨਾਲ ਉਹ ਸ਼ਿੱਦਤ ਨਾਲ ਜੁੜੇ ਹੋਏ ਕਿ ਨਹੀਂ ਜੁੜੇ ਹੋਏ, ਜਾਂ ਆਪਣੇ ਰਾਜਸੀ ਮੰਤਵ ਨਾਲ ਜੁੜੇ ਹੋਏ ਆ, ਉਹ ਸਾਰੀਆਂ ਗੱਲਾਂ ਵੀ ਇਹਨਾਂ ਦੇ ਐਫੀਡੇਵਿਟ ਦੇ ਵਿੱਚ ਲਿਖਿਆ ਹੋਇਆ। ਆਕੂਪੇਸ਼ਨ ਕੀ ਆ? ਐਗਰੀਕਲਚਰ, ਸਾਰੇ ਲਿਖਦੇ ਆ, ਲਿਖਦੇ ਆ ਜੀ, ਫਿਰ ਐਗਰੀਕਲਚਰ ਦੀ ਗੱਲ ਕਿਉਂ ਨਹੀਂ ਕਰਦੇ ਗੇ? ਪਰ ਉਹਦੇ ਨਾਲ ਕਮਿਟਡ ਨਹੀਂ ਹੁੰਦੇ, ਪਾਣੀ ਲੱਗ ਕੇ ਪਾਣੀ ਨਾਲ ਲਾਇਆ ਮਰਬੇ ਜਾ ਕਰਨਗੇ, ਉਹ ਉਹਨਾਂ ਨੂੰ ਕਿੱਥੇ ਪਤਾ ਵੀ ਕਿਸਾਨ ਕਿਤਰਾ ਬੀਜ ਪਾਉਂਦਾ, ਕਿੰਨੀ ਯੂਰੀਆ ਮਿਲਾਉਂਦਾ, ਕਿੰਨੀ DIP ਮਿਲਾਉਂਦਾ, ਉਹ ਨਹੀਂ ਪਤਾ। ਉਹ ਖੇਤੀ ਬਥੇਰੇ ਕਰਦੇ ਆ, ਪਰ ਉਹ ਉਹਨਾਂ ਦੇ ਨੌਕਰ ਕਰਦੇ ਆ, ਉਹਨਾਂ ਦਾ ਪਰਿਵਾਰ ਵਾਲੇ ਕਰਦੇ, ਉਹਨਾਂ ਨੇ ਨਹੀਂ ਕੀਤੀ। ਜਗਵੰਤ ਜੀ ਦੀ ਗੱਲ ਦਰਦ ਨਹੀਂ ਸਮਝ ਸਕਦੇ ਕਿਸਾਨ ਦਾ, ਠੀਕ ਹੈ, ਦਰਦ ਉਹੀ ਸਮਝਦਾ ਜਿਹੜਾ ਕਿਸਾਨ ਆਪ ਹੰਡਾਇਆ, ਜਿਹਨੇ ਆਪ ਹੰਡਾਇਆ ਹੋਵੇ। ਮੇਰਾ ਜਗਵੰਤ ਸਿੰਘ ਜੀ, ਆਖਰੀ ਸਵਾਲ ਸੀਗਾ, 2019 ਲਈ ਇਹ ਅੰਦੋਲਨ, ਇਹੋ ਜਿਹੇ ਅੰਦੋਲਨ ਹੋਰ ਹੋਣਗੇ, ਉਸ ਦੇ ਲਈ ਸਰਕਾਰ ਨੂੰ ਹੁਣ ਸੋਚਣਾ ਪਵੇਗਾ? ਨਹੀਂ, ਦੇਖੋ ਇਲੈਕਸ਼ਨ ਦੇ ਨੇੜੇ ਆ ਕੇ ਇੱਕ ਆਪਣੇ ਬੁਲਾਰੇ ਇਹ ਗੱਲ ਕਹਿ ਰਹੇ ਸੀ ਕਿ ਫਿਰ ਇਸ ਤਰੀਕੇ ਦੀ ਰਾਜਨੀਤੀ ਤੇਜ਼ ਹੁੰਦੀ, ਇੱਦਾਂ ਦੇ ਅੰਦੋਲਨ ਤੇਜ਼ ਹੁੰਦੇ ਆ। ਮੈਂ ਇਹ ਗੱਲ ਕਹਾਂਗਾ ਕਿ ਅੰਦੋਲਨ ਸਾਰੇ ਹੀ ਇਲੈਕਸ਼ਨ ਦੇ ਨੇੜੇ ਆ ਕੇ ਇਸ ਕਰਕੇ ਤੇਜ਼ ਹੁੰਦੇ ਆ ਕਿਉਂਕਿ ਪੋਲੀਟੀਕਲ ਪਾਰਟੀ ਦੀ ਲੀਡਰਸ਼ਿਪ ਸਿਰਫ ਉਸ ਮੌਕੇ ਹੀ ਥੋੜ੍ਹੀ ਗੱਲ ਸੁਣਨ ਨੂੰ ਤਿਆਰ ਹੁੰਦੀ ਹੈ, ਅਦਰਵਾਈਜ਼ ਉਹ ਗੱਲ ਸੁਣਦੀ ਜਾਊਗੀ ਕਿ ਨਹੀਂ। ਇਸ ਮੌਕੇ ਕਿਸਾਨ ਜ਼ਰੂਰ ਉਮੀਦ ਕਰ ਰਹੇ ਹੋਣਗੇ ਵੀ ਕਿਉਂਕਿ ਇਲੈਕਸ਼ਨ ਨੇੜੇ ਆ, ਇਹਨਾਂ ਨੂੰ ਸਾਡੀਆਂ ਵੋਟਾਂ ਚਾਹੀਦੀਆਂ, ਇਸ ਮੌਕੇ ਇਹਨਾਂ ਨੂੰ ਸਭ ਤੋਂ ਕੁਛ ਚਾਹੀਦਾ, ਇਸ ਕਰਕੇ ਸਾਡੇ ਮਾਮਲੇ ਕੁਛ ਸੰਜੀਦਾ ਹੋਣਗੇ। ਕਿੰਨਾ ਹੁੰਦੇ ਕਿੰਨੇ ਨਹੀਂ ਹੁੰਦੇ ਉਹਨਾਂ ਦੀ ਆਪਣੀ ਵੋਟਾਂ ਦੀ ਗਿਣਤੀ ਦੇ ਵਿੱਚ ਕੀ ਹਿਸਾਬ ਕਿਤਾਬ, ਕਿਸਾਨ ਕਿੱਥੇ ਬੈਠਾ ਹੈ, ਜਾਂ ਉਹਦੇ ਵਿੱਚ ਹਿੰਦੂ ਮੁਸਲਮਾਨ ਜਾਂ ਦਲਿਤ ਨੌਨ ਦਲਿਤ ਦਾ ਮੁੱਦਾ ਕਿਹਦੇ ਉੱਤੇ ਵੋਟਾਂ ਲੈਣੀਆਂ, ਉਹਦੇ ਹਿਸਾਬ ਨਾਲ ਉਹ ਫੈਸਲਾ ਕਰਨਗੇ ਵੀ ਇਹਨਾਂ ਨੂੰ ਅਸੀਂ ਕਿੰਨੀਆਂ ਕੁ ਰੇੜੀਆਂ ਦੇਣੀਆਂ, ਕਿੰਨੀਆਂ ਕੁ ਨਹੀਂ ਦੇਣੀਆਂ। ਠੀਕ ਹੈ ਜੀ, ਬਹੁਤ ਧੰਨਵਾਦ ਡਾਕਟਰ ਜਗਵੰਤ ਸਿੰਘ ਤੁਹਾਡਾ, ਮਾਲਵ ਸਿੰਘ ਕੰਗ ਤੁਹਾਡਾ, ਰਿੰਪਲ ਮੇਡਾ ਤੁਹਾਡਾ, ਜਸਤੇਜ ਸਿੰਘ ਤੁਹਾਡਾ, ਸਾਰੇ ਮਾਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਕਿਸਾਨਾਂ ਦਾ ਸਬਰ ਮੁੱਕਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਸਰਕਾਰ। ਲੱਗਦਾ ਹੁਣ ਕਿਸਾਨਾਂ ਦੇ ਸਬਰ ਦਾ ਪਿਆਲਾ ਜਿਹੜਾ ਉਹ ਭਰ ਚੁੱਕਿਆ ਅਤੇ ਹੁਣ ਸਰਕਾਰਾਂ ਨੂੰ ਸੋਚਣਾ ਪਵੇਗਾ 2019 ਤੋਂ ਪਹਿਲਾਂ ਕਿਸਾਨਾਂ ਲਈ ਕੋਈ ਚੰਗੀ ਖਬਰ ਮਿਲ ਸਕਦੀ ਹੈ। ਸਾਨੂੰ ਉਮੀਦ ਹੈ, ਕਿਸਾਨ ਵੀ ਇਹ ਉਮੀਦ ਕਰਦਾ ਪਿਆ, ਪਰ ਕਿਸਾਨਾਂ ਨੂੰ ਅੰਦੋਲਨ ਤਾਂ ਕਰਨੇ ਪੈਣਗੇ, ਸੰਘਰਸ਼ ਕਰਨੇ ਪੈਣਗੇ, ਪਰ ਸ਼ਾਂਤੀ ਨਾਲ, ਕ੍ਰਾਂਤੀ ਨਾਲ ਵੀ ਕਰਨੇ ਪੈਣਗੇ, ਪਰ ਇਹ ਕ੍ਰਾਂਤੀ ਹੈ ਜਿਹੜੀ ਬਾਰਡਰ ਟੱਪਣ ਨਹੀਂ ਦਿੰਦੇਗੀ, ਕਿਉਂਕਿ ਇਸ ਕ੍ਰਾਂਤੀ ਤੋਂ ਸਰਕਾਰ ਨੂੰ ਡਰ ਲੱਗਦਾ ਹੈ। ਧੰਨਵਾਦ।